ਸਤਨਾਮ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਨਾਹੀ ਨਾ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਭੋ ਬੇਖਮ ਨਦੀ ਜਾਈ ਤਰਨੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਤੇ ਫਿਰ ਗਰਬਾਸ ਨਾ ਪਰਿਆਰੇ ਜਿਉਂ ਬੁਲਾਵੇ ਤਿਉਂ ਬੋਲਾ ਸੁਆਮੀ ਕੁਦਰਤ ਕਬਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਸਾਹਿਬ ਜੀ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿੱਧ ਸਾਧਕ ਸੁਖ ਬਾਸੀ ਜੋਗੀ ਜੰਗਮ ਭੇਖ ਨਾ ਕੋਈ ਨਾ ਕੋ ਨਾਥ ਕਹਾਈਂਦਾ ਜਪ ਤਪ ਸੰਜਮ ਨਾ ਬਰਤ ਪੂਜਾ ਨਾ ਕੋ ਆਖ ਬਖਾਣੈ ਦੂਜਾ ਆਪੇ ਆਪੇ ਉਪਾਏ ਬਿਗਸੈ ਆਪੇ ਕੀਮਤ ਪਾਈਂਦਾ ਨਾ ਸੋਚ ਸੰਜਮ ਤੁਲਸੀ ਮਾਲਾ ਗੋਪੀ ਕਾਨ ਨਾ ਗਊ ਗੁਆਲਾ ਤੰਤ ਮੰਤ ਪਖੰਡ ਨਾ ਕੋਈ ਨਾ ਕੋ ਬੰਸ਼ ਬਜਾਈ ਦਾ ਕਰਮ ਧਰਮ ਨਹੀਂ ਮਾਇਆ ਮਾਖੀ ਜਾਤ ਜਨਮ ਨਹੀਂ ਦਿਸੈ ਆਖੀ ਮਮਤਾ ਜਾਲ ਕਾਲ ਨਹੀਂ ਮਾਥੈ ਨਾ ਕੋ ਕਿਸੈ ਧਿਆਈਂਦਾ
ਕਰਮ ਧਰਮ ਨਹੀਂ ਮਾਇਆ ਮਾਖੇ, ਜਾਤ ਜਨਮ ਨਹੀਂ ਦਿਸੈ ਆਖੀ, ਮਮਤਾ ਜਾਲ ਕਾਲ ਨਹੀਂ ਮਾਥੈ, ਨਾ ਕੋ ਕਿਸੈ ਧਿਆਇਂਦਾ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਡਭਾਗੀ ਹਾਂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਸਾਨੂੰ ਅੰਮ੍ਰਿਤ ਵੇਲੇ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕਰਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਪੜ੍ਹਨ ਸੁਣਨ ਔਰ ਸਮਝਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਆਓ ਕੁਝ ਕੁ ਸਮਾਂ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਤਿਗੁਰਾਂ ਦੀ ਰਹਿਮਤ ਸਦਕਾ ਗੁਰੂ ਕੇ ਪਾਵਨ ਦਰਬਾਰਾਂ ਤੋਂ ਜੋ ਆਪਾਂ ਇੱਕ ਓਅੰਕਾਰ ਤੋਂ ਲੜੀ ਬਾਅਦ ਅੰਮ੍ਰਿਤ ਬਾਣੀ ਵਿਚਾਰ ਸਹਿਤ ਸਰਵਣ ਕਰਦੇ ਆ ਰਹੇ ਹਾਂ, ਚੱਲ ਰਹੀ ਲੜੀ ਬਾਅਦ ਗੁਰਬਾਣੀ ਵਿਚਾਰ ਦੇ ਨਾਲ ਜੁੜਨ ਦੀ ਖੇਚਲਾ ਕਰੀਏ। ਜੋ ਪਾਵਨ ਪਵਿੱਤਰ ਸ਼ਬਦ ਜਾਪ ਸਰਵਣ ਕੀਤਾ, ਜਿਸ ਦੀ ਅਸਾਂ ਵਿਚਾਰ ਕਰਨੀ ਹੈ, ਇਹ ਪਾਵਨ ਪਵਿੱਤਰ ਸ਼ਬਦ ਜਾਪ ਧੰਨ 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 ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਰਸਨਾ ਦੁਆਰਾ ਉਚਾਰਨ ਹੋਇਆ ਹੋਇਆ, ਜੋ ਕਿ ਮਾਰੂ ਰਾਗ ਦੇ ਵਿੱਚ ਸਸ਼ੋਭਿਤ ਹੈ। ਸਾਹਿਬਾਨੀ ਇਸ ਸ਼ਬਦ ਵਿੱਚ ਵੀ 16 ਪੌੜੀਆਂ ਦੀ ਕਿਰਪਾ ਕੀਤੀ ਹੈ। ਪਹਿਲੀਆਂ 4 ਪੌੜੀਆਂ ਸ਼ਬਦ ਦੀਆਂ ਆਪਾਂ ਕੱਲ੍ਹ ਵਿਚਾਰ ਸਹਿਤ ਸਰਵਣ ਕੀਤੀਆਂ ਹਨ। ਅੱਗੇ 4 ਪੌੜੀਆਂ ਦਾ ਜਾਪ ਹੈ ਜੋ ਹੁਣ ਆਪਾਂ ਸਰਵਣ ਕੀਤਾ ਹੈ, ਜੋ ਵਿਚਾਰ ਅਧੀਨ ਹੈ। ਸਤਿਗੁਰੂ ਜੀ ਮਤ ਬੁੱਧ ਬਖਸ਼ਿਸ਼ ਕਰਨ, ਵਿਚਾਰ ਕਰ ਸਕੀਏ, ਕੋਸ਼ਿਸ਼ ਕਰੀਏ ਆਪਾਂ ਸਤਿਗੁਰਾਂ ਦੀ ਵਿਚਾਰਧਾਰਾ ਨੂੰ ਸਮਝਣ ਦੀ। ਸਮਝ ਕਰਕੇ ਜੀਵਨ ਵਿੱਚ ਲਾਗੂ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਕਮਾਉਣਾ ਕਰੀਏ, ਤਾਂ ਤੇ ਸਾਡਾ ਵੀ ਜਿਹੜਾ ਜੀਵਨ ਹੈ ਇਹ ਸਫਲ ਹੋ ਜਾਏ। ਇਉਂ ਕਹਿ ਲਈਏ ਵੀ ਸਾਡਾ ਵੀ ਪਾਰ ਉਤਾਰਾ ਹੋ ਜਾਏ, ਕਿਉਂਕਿ ਨਹੀਂ ਤਾਂ ਇਹ ਜਿੰਦ ਸਤਿਗੁਰੂ ਜੀ ਕਹਿੰਦੇ ਆ ਵੀ ਭਾਵ ਸਾਗਰ ਸੰਸਾਰ ਦੇ ਵਿੱਚ ਇਹ ਗੋਤੇ ਖਾ ਰਹੀ ਹੈ, ਪਾਰ ਉਤਾਰਾ ਨਹੀਂ ਹੈ ਇਸਦਾ। ਪਾਰ ਉਤਾਰਾ ਗੁਰੂ ਦੀ ਰਹਿਮਤ ਸਦਕਾ ਹੋਣਾ। ਸਾਹਿਬਾਂ ਨੇ ਬਚਨ ਕੀਤੇ ਆ, ਜੇ ਕੋ ਬਚਨ ਕਮਾਵੇ ਸੰਤਨ ਕਾ, ਇਹਨਾਂ ਸੰਤਾਂ ਦਾ ਜੇ ਕੋਈ ਬਚਨ ਕਮਾਵੇ, ਕਿਹੜੇ ਸੰਤ? ਜਿਹੜੇ ਆ ਮਹਾਨ ਪੁਰਸ਼ ਬੈਠੇ ਆ ਬਾਣੀ ਰਾਹੀਂ, ਜਿਨ੍ਹਾਂ ਦੇ ਆਪਾਂ ਦਿਦਾਰ ਕਰਦੇ ਹਾਂ,
ਗੁਰੂ ਸਾਹਿਬਾਨ, ਭੱਟ ਸਾਹਿਬਾਨ, ਭਗਤ ਸਾਹਿਬਾਨ, ਗੁਰੂ ਕੇ ਸਿੱਖ, ਜਿਨ੍ਹਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ। ਇਹ ਨੇ ਅਸਲ ਵਿੱਚ ਸੰਤ ਲੋਕ, ਜਿਨ੍ਹਾਂ ਨੇ ਤਤੀਆਂ ਤਵੀਆਂ 'ਤੇ ਬੈਠ ਕਰਕੇ ਵੀ ਸ਼ਾਂਤੀ ਵਿੱਚ ਭੰਗੜਾ ਨਹੀਂ ਪਾਈ ਆਪਣੇ। ਭਗਤ ਸਾਹਿਬਾਨਾਂ ਨੇ ਕਿੰਨੇ ਕਿੰਨੇ ਕਹਿ ਲਈ ਆਪਾਂ ਤਸੀਹੇ ਸਹਿੰਦਿਆਂ ਵੀ ਆਪਣੀ ਸ਼ਾਂਤੀ ਵਿੱਚ ਭੰਗੜਾ ਨਹੀਂ ਪਾਈ, ਸ਼ਾਂਤੀ ਵਿੱਚ ਰਹੇ ਨੇ। ਉਹਨਾਂ ਮਹਾਨ ਸੰਤ ਪੁਰਸ਼ਾਂ ਦੀ ਬਾਣੀ ਇਹ ਵਚਨ ਨੇ, ਇਹ ਵੀ ਪੜ੍ਹਦੇ ਹਾਂ। ਅਮਲੀਕ ਲਾਲ ਸਦ ਸਾਧ ਕੇ ਵਚਨ ਅਮੋਲਕ ਵਚਨ ਨੇ। ਇਹਨਾਂ ਵਚਨਾਂ ਨੂੰ ਸਤਿਗੁਰੂ ਜੀ ਕਹਿੰਦੇ ਆ ਵੀ ਜੇ ਕੋ ਵਚਨ ਕਮਾਵੇ ਸੰਤਨ ਕਾ, ਫਿਰ ਕੀ ਹੁੰਦਾ? ਸਾਹਿਬ ਕਹਿੰਦੇ ਗੁਰ ਪ੍ਰਸਾਦੀ ਤਰੀਐ, ਗੁਰੂ ਕਿਰਪਾ ਕਰ ਦਿੰਦੇ ਆ, ਪਾਰ ਉਤਾਰਾ ਹੋ ਜਾਂਦਾ ਹੈ। ਤਾਂ ਤੇ ਆਓ ਆਪਾਂ ਕੋਸ਼ਿਸ਼ ਕਰੀਏ ਸਤਿਗੁਰੂ ਜੀ ਮਿਹਰ ਕਰਨ, ਗੁਰਬਾਣੀ ਨੂੰ ਸਮਝ ਕਰਕੇ ਜੀਵਨ ਵਿੱਚ ਲਾਗੂ ਕਰੀਏ, ਉਹਨਾਂ ਗੁਣਾਂ ਨੂੰ ਗ੍ਰਹਿਣ ਕਰਕੇ ਗੁਣਵਾਨ ਬਣੀਏ। ਕਿਰਪਾ ਹੋ ਸਕਦੀ ਆ, ਉਹ ਕੋਸ਼ਿਸ਼ ਕਰੀਏ ਆਪਾਂ ਜੋ ਸਤਿਗੁਰੂ ਮਿਹਰਾਂ ਕਰਦੇ ਆ। ਸੁਰਹੋ ਵਿਚਾਰ, ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦਿਆਂ ਸਾਨੂੰ ਸਮਝਾਇਆ ਵੀ ਇਹ ਪਿਆਰਿਓ, ਉਹ ਵਾਹਿਗੁਰੂ ਨੇ ਆ ਸਾਰਾ ਪਸਰ ਪਸਾਰਾ ਪਸਾਰਿਆ ਹੋਇਆ। ਇਹ ਪਸਾਰੇ ਤੋਂ ਪਹਿਲਾਂ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਵਿੱਚ ਸੀ। ਉਹਨੇ ਬੜਾ ਸਮਾਂ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹੈ, ਅਰਬਾਂ ਖਰਬਾਂ ਹੀ ਕਹਿੰਦੇ ਆ ਪਾਤਸ਼ਾਹ, ਕਹਿੰਦੇ ਇੰਨਾ ਸਮਾਂ ਵੀ ਆਪਣੇ ਆਪ 'ਚ ਹੀ ਰਹੇ, ਆਪਣੀ ਮਸਤੀ ਵਿੱਚ ਹੀ ਕਹਿ ਲਈਏ ਸੁੰਨ ਸਮਾਧੀ ਵਿੱਚ। ਉਸ ਸਮੇਂ ਪਾਤਸ਼ਾਹ ਕਹਿੰਦੇ ਨਾ ਕੋਈ ਭਾਈ ਪ੍ਰਕਾਸ਼ ਹੈ, ਕਿਉਂਕਿ ਚੰਦਰਮਾ ਕੋਈ ਨਹੀਂ, ਸੂਰਜ ਕੋਈ ਨਹੀਂ ਹੈ, ਚੰਦ ਤਾਰੇ ਕੁਛ ਵੀ ਨਹੀਂ। ਪਾਤਸ਼ਾਹ ਕਹਿੰਦੇ ਨੇ ਕੋਈ ਆਵਾਜ਼ ਨਹੀਂ, ਕੋਈ ਦਿਨ ਨਹੀਂ, ਕੋਈ ਰਾਤ ਨਹੀਂ। ਕੱਲ੍ਹ ਆਪਾਂ ਆਰੰਭਤਾ ਕੀਤੀ ਹੈ, ਪਹਿਲੀਆਂ ਚਾਰ ਪੌੜੀਆਂ ਵਿੱਚ ਇਹੋ ਪਾਤਸ਼ਾਹ ਰਹਿਮਤ ਕੀਤੀ ਹੈ। ਅਰਬਦ ਨਰਬਦ ਧੰਦੂ ਕਾਰ, ਧਾਰਨ ਨਾ ਗਗਨਾ ਹੁਕਮ ਅਪਾਰ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁੰਨ ਸਮਾਧ ਲੰਘਾਏਗਾ। ਬਸ ਸੁੰਨ ਸਮਾਧੀ ਵਿੱਚ ਕੁਛ ਵੀ ਨਹੀਂ ਸੀ ਪਾਤਸ਼ਾਹ ਕਹਿੰਦੇ ਨੇ। ਭਾਵ ਕਿ ਚੌਥੀ ਪੌੜੀ ਵਿੱਚ ਆਪਾਂ ਕੱਲ੍ਹ ਸਰਵਣ ਕੀਤਾ, ਪਾਤਸ਼ਾਹ ਕਹਿੰਦੇ ਬ੍ਰਹਮ ਬੇਸਨ ਮਹੇਸ਼ ਨਾ ਕੋਈ, ਬਈ ਭਾਈ ਉਤਪਤੀ ਕਰਨ ਵਾਲਾ ਵੀ ਕੋਈ ਨਹੀਂ ਸੀ ਬ੍ਰਹਮਾ, ਭੰਡਾਰੇ ਵੰਡਣ ਵਾਲਾ ਕੋਈ ਨਹੀਂ ਸੀ ਬਿਸਨ ਜੀ, ਖਾਤਮੇ ਕਰਨ ਵਾਲਾ, ਲਾਇਤਾ ਕਰਨ ਵਾਲਾ, ਸੰਘਾਰ ਕਰਨ ਵਾਲਾ ਕੋਈ ਨਹੀਂ ਸੀ ਮਹੇਸ਼ ਜੀ, ਕੁਛ ਵੀ ਨਹੀਂ। ਪਾਤਸ਼ਾਹ ਕਹਿੰਦੇ ਬ੍ਰਹਮਾ ਬਿਸਨ ਮਹੇਸ਼ ਨਾ ਕੋਈ, ਪਾਤਸ਼ਾਹ ਕਹਿੰਦੇ ਬਸ ਇੱਕੋ ਹੀ ਅਵਰ ਨਾ ਦਿਸੈ ਇੱਕੋ ਸੋਈ। ਪਾਤਸ਼ਾਹ ਕਹਿੰਦੇ ਉਦੋਂ ਨਾਰ ਪੁਰਖ ਨਹੀਂ ਜਾਤ ਨਾ ਜਨਮਾ, ਨਾ ਕੋ ਦੁੱਖ ਸੁੱਖ ਪਾਏ ਦਾ ਕੁਛ ਹੈ ਹੀ ਨਹੀਂ ਸੀ ਪਾਤਸ਼ਾਹ ਕਹਿੰਦੇ। ਤਾਂ ਤੇ ਆਓ ਸਤਿਗੁਰੂ ਜੀ ਕਿਰਪਾ ਕਰਦੇ ਤੂੰ ਅੱਗੇ ਵੀ ਜੋ ਆਪਾਂ ਦੇ ਆਪਾਂ ਪੜ੍ਹਿਆ ਚਾਰ ਜਾਪ ਸਰਵਣ ਕੀਤਾ, ਇਹਨਾਂ ਵਿੱਚ ਵੀ ਸਤਿਗੁਰੂ ਜੀ ਇਹੋ ਸਾਨੂੰ ਸਮਝਾਉਂਦੇ ਆ ਵੀ ਪਿਆਰਿਓ ਇਹ ਤਾਂ ਮਾਲਕ ਨੇ ਹੀ
ਆਪਣੇ ਰੰਗਾਂ ਵਿੱਚ ਕਹਿ ਲਈਏ ਆਪਣੀਆਂ ਖੁਸ਼ੀਆਂ ਖੇੜਿਆਂ ਵਿੱਚ ਹੀ ਇਸ ਜਗਤ ਨੂੰ ਪੈਦਾ ਕੀਤਾ ਹੈ। ਕੁਛ ਵੀ ਨਹੀਂ ਸੀ ਪਹਿਲਾਂ, ਸਤਿਗੁਰੂ ਜੀ ਕਹਿੰਦੇ ਆ, ਇਹ ਜਣਾਉਂਦੇ ਆ ਸਾਨੂੰ ਵੀ ਇਹ ਪਿਆਰਿਓ, ਜਦੋਂ ਕੁਛ ਵੀ ਹੈ ਨਹੀਂ ਸੀ ਉਹ ਪਰਮਾਤਮਾ ਉਦੋਂ ਵੀ ਹੈ ਸੀ ਉਦੋਂ ਵੀ, ਅੱਜ ਵੀ ਹੈ ਅਤੇ ਅੱਗੇ ਉਹਦਾ ਸਦੀ ਵੀ ਰਹਿਣ ਵਾਲਾ। ਤਦ ਤੱਕ ਪਾਤਸ਼ਾਹ ਨੇ ਆਰੰਭ ਤੋਂ ਹੀ ਬਾਣੀ ਦੀ ਇੱਥੋਂ ਕੀਤੀ ਹੈ, ਗੁਰਪ੍ਰਸ਼ਾਦ ਤੱਕ ਮੂਲ ਮੰਤਰ ਉਦੋਂ ਚ ਜਪ ਜੀ ਸਾਹਿਬ ਸ਼ੁਰੂ ਹੁੰਦਾ ਜੋ ਆਪਾਂ ਪੜ੍ਹਦੇ ਹਾਂ, ਜਪ ਆਰੰਭ ਤਾਂ ਕੀਤੀ ਪਾਤਸ਼ਾਹ ਕਹਿੰਦੇ ਆਦਿ ਸੱਚ ਜੋਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਆਦਿ ਮੁੱਢ ਤੋਂ ਹੀ ਉਹ ਸੱਚਾ ਹੈ, ਮੁੱਢ ਤੋਂ ਹੀ ਪਾਤਸ਼ਾਹ ਕਹਿੰਦੇ ਹੈ ਵੀ, ਅੱਜ ਵੀ ਹੈ, ਹੋਸੀ ਰਹੇਗਾ ਸਦੀਵੀ ਹੀ। ਪਾਤਸ਼ਾਹ ਜੀ ਕਹਿੰਦੇ ਨੇ ਬਈ ਉਹ ਹੈ ਭਾਈ, ਹੈ ਸੀ ਰਹੇਗਾ ਵੀ, ਬਾਕੀ ਆਪਾਂ ਸਭ ਆਵਾਗਮਨ ਦਾ ਚੱਕਰ ਹੀ ਹੈ ਸਾਰਾ। ਜੋ ਦਿਸੈ ਪਾਤਸ਼ਾਹ ਕਹਿੰਦੇ ਆ ਸੋ ਸਗਲ ਬਨਾਸੀ, ਜੋ ਕੁਝ ਵੀ ਆਪਾਂ ਇਹਨਾਂ ਅੱਖੀਆਂ ਨਾਲ ਵੇਖ ਰਹੇ ਹਾਂ ਨਾ ਪਾਤਸ਼ਾਹ ਕਹਿੰਦੇ ਸਗਲ, ਸਗਲ ਦਾ ਭਾਵ ਸਾਰਾ ਕੁਛ ਹੀ, ਬਨਾਸੀ ਬਨਾਸਕਾਰ ਹੈ। ਕਿਵੇਂ ਹੈ ਬਨਾਸਕਾਰ? ਜਿਉਂ ਬਾਦਰ ਕੀ ਸਾਈ, ਪਾਤਸ਼ਾਹ ਕਹਿੰਦੇ ਜਿਵੇਂ ਭਾਈ ਬੱਦਲ ਦੀ ਸਾਂ ਕਰਨਾ ਆਪਾਂ ਵੇਖ ਲਿਆ, ਥੋੜ੍ਹੇ ਸਿਮਲੀ ਬਾਅਦ 'ਚ ਸੂਰਜ ਹੀ ਰਹਿ ਜਾਂਦਾ, ਫਿਰ ਬੱਦਲ ਭਾਵ ਸਾਂ ਕਿਤੇ ਹੀ ਜਾਂਦੀ ਹੈ। ਇਹੋ ਹੀ ਪਾਤਸ਼ਾਹ ਕਹਿੰਦੇ ਬਸ ਇਹ ਪਸਾਰਾ ਇਹੋ ਹੀ ਹੈ। ਇਸੇ ਕਰਕੇ ਆਓ ਸਤਿਗੁਰੂ ਜੀ ਅੱਗੇ ਜੋ ਕਿਰਪਾ ਕਰਦੇ ਹਨ, ਚਾਰ ਪੌੜੀਆਂ ਦਾ ਜੋ ਆਪਾਂ ਜਾਪ ਸਰਵਣ ਕੀਤਾ, ਪੰਜਵੀਂ ਪੌੜੀ ਵਿੱਚ ਜੋ ਸਾਹਿਬਾ ਕਿਰਪਾ ਕਰ ਰਹੇ ਨੇ, ਆਪਾਂ ਆਉ ਸਮਝਣ ਦੀ ਕੋਸ਼ਿਸ਼ ਕਰੀਏ ਜੀ। ਨਾ ਤਦ ਜਤੇ ਸਤੇ ਬਨਵਾਸੀ, ਨਾ ਤਦ ਸਿੱਧ ਸਾਧਕ ਸੁਖ ਵਾਸੀ, ਜੋਗੇ ਜੰਗਮ ਭੇਖ ਨਾ ਕੋਈ, ਨਾ ਕੋ ਨਾਥ ਕੁਹਾਏਂਦਾ। ਪਾਤਸ਼ਾਹ ਕਹਿੰਦੇ ਸ੍ਰਿਸ਼ਟੀ ਰਚਣ ਤੋਂ ਪਹਿਲਾਂ ਮਾਲਕ ਜਦੋਂ ਇਕੱਲੇ ਨੇ, ਉਹਨਾਂ ਸਮਿਆਂ ਵਿੱਚ ਪਾਤਸ਼ਾਹ ਕਹਿੰਦੇ ਨੇ ਕੋਈ ਜਤੀ ਨਹੀਂ ਸੀ ਭਾਈ, ਕੋਈ ਸਤੀ ਨਹੀਂ ਸੀ, ਨਾ ਕੋਈ ਤਪੀ ਸੀ, ਭਾਵ ਕਿ ਸਰੀਰ ਹੀ ਨਹੀਂ ਜਦੋਂ ਪੈਦਾ ਕੋਈ ਕੀਤੇ, ਜਤੀ ਸਤੀ ਤਪੀ ਤਾਂ ਸਰੀਰਾਂ ਵਿੱਚ ਨੇ। ਪਾਤਸ਼ਾਹ ਕਹਿੰਦੇ ਉਦੋਂ ਭਾਈ ਕੁਛ ਵੀ ਨਹੀਂ ਸੀ, ਨਾ ਤਦ ਸਿੱਧ, ਨਾ ਸਿੱਧ ਸਨ, ਨਾ ਸਾਧਕ ਸਾਧਨਾ ਵਾਲੇ ਸੀ, ਕੁਛ ਵੀ ਨਹੀਂ ਸੀ। ਪਾਤਸ਼ਾਹ ਕਹਿੰਦੇ ਨਾ ਤਦ ਸਿੱਧ ਸਾਧਕ ਸੁਖ ਵਾਸੀ, ਕੁਛ ਵੀ ਨਹੀਂ ਸੀ। ਪਾਤਸ਼ਾਹ ਕਹਿੰਦੇ ਜੋਗੀ ਜੰਗਮ ਭੇਖ ਨਾ ਕੋਈ, ਨਾ ਕੋਈ ਜੋਗੀ ਸੀ, ਨਾ ਜੰਗਮ, ਨਾ ਕੋਈ ਕਿਸੇ ਪ੍ਰਕਾਰ ਦਾ ਕੋਈ ਭੇਖ ਸੀ, ਨਾ ਕੋ ਨਾਥ ਕਹਾਈਂ ਦਾ, ਉਹਨਾਂ ਸਮਿਆਂ ਵਿੱਚ ਨਾਥ ਅਕਵਾਉਣ ਵਾਲਾ ਵੀ ਕੋਈ ਨਹੀਂ ਸੀ। ਅੱਜ ਭਾਵੇਂ ਆਪਾਂ ਮਾਲਕ ਕਹਿੰਦੇ ਹਾਂ, ਨਾਥ ਕਹਿੰਦੇ ਹਾਂ, ਸਵਾਮੀ ਕਹਿੰਦੇ ਹਾਂ ਬੜਿਆਂ ਨੂੰ, ਪਾਤਸ਼ਾਹ ਜੀ ਕਹਿੰਦੇ ਭਾਈ ਕੋਈ ਵੀ ਨਹੀਂ ਸੀ, ਕੋਈ ਕੁਝ ਨਹੀਂ ਸੀ ਕਹਾਵਣ ਵਾਲਾ। ਇਹ ਤਾਂ ਅੱਜ ਪਸ਼ਾਰਾ ਪਸ਼ਾਰਤਾ ਮੇਰੇ ਮਾਲਕ ਨੇ, ਕੋਈ ਕੁਝ ਬਣ ਕੇ ਬਹਿ ਗਿਆ, ਕੋਈ ਕੁਝ ਬਣ ਕੇ ਬਹਿ ਗਿਆ ਹੈ। ਪਰ ਪਾਤਸ਼ਾਹ ਕੀ ਕਹਿੰਦੇ ਆ ਪਿਆਰਿਓ, ਉਹ ਸਮਾਂ ਵੇਖੋ ਗੁਰੂ ਨਾਨਕ ਸਾਹਿਬ ਅਖਾੜ ਦਿਆ ਸਾਨੂੰ, ਜੋ ਅੱਜ ਵੀ ਕਈ ਬੜੇ ਸਵਾਲ ਕਰ ਦਿੰਦੇ ਆ ਵੀ ਕਿੱਥੋਂ ਪੈਦਾ ਹੋਈ ਜੀ ਧਰਤੀ, ਕਿੱਥੋਂ ਪੈਦਾ ਹੋਏ ਜੀ ਅਜੰਤ, ਕਿਵੇਂ ਪੈਦਾ ਹੋਏ। ਅੱਜ ਦਾ ਭਾਵ ਕਿ ਐਸੇ ਭਾਵ ਸਿਰਲੇਖ ਆਪਾਂ ਪੜ੍ਹਦੇ ਹਾਂ ਨਾ,
ਵੀ ਕਹਿੰਦੇ ਪਹਿਲਾਂ ਭਾਈ ਕਹਿੰਦੇ ਆ ਬਾਂਦਰ ਹੁੰਦਾ ਸੀ, ਬੰਦਾ ਹੌਲੀ ਹੌਲੀ ਸਮਝ ਆਈ, ਕਹਿੰਦੇ ਬੰਦਾ ਬਣ ਗਿਆ। ਇੱਦਾਂ ਕਰਕੇ ਕਹਾਣੀਆਂ ਬੜੀਆਂ ਬਣਾਈਆਂ ਪਈਆਂ। ਪਰ ਗੁਰੂ ਪਾਤਸ਼ਾਹ ਜੀ ਸਮਝਾਉਂਦੇ ਆ ਵੀ ਇਹ ਪਿਆਰਿਓ, ਵੀ ਇਹ ਤਾਂ ਮਾਲਕ ਦੀ ਖੇਡ ਹੈ, ਕੋਈ ਕਿਸਮ ਨਹੀਂ ਕੋਈ ਬਦਲਦੀ। ਇੱਦਾਂ ਭਾਵੇਂ ਯਤਨ ਅੱਜ ਬੇਅੰਤ ਕਰਦੇ ਹਾਂ ਆਪਾਂ, ਪਰ ਉਹ ਮੇਰੇ ਮਾਲਕ ਦਾ ਖੇਡ ਹੈ ਸਾਰਾ ਹੀ, ਇਹ ਤਾਂ ਖੇਲ ਤਮਾਸ਼ਾ ਧੰਦੂ ਕਰ, ਬਸ ਉਹਦਾ ਖੇਲ ਹੀ ਹੈ, ਤਮਾਸ਼ਾ ਹੀ ਹੈ। ਪਤਾ ਨਹੀਂ ਕਦੋਂ ਸਮੇਟ ਲੈਂਦਾ, ਕਿੱਦਾਂ ਕਿੱਦਾਂ ਉਹਦੀ ਤਾਕਤ ਹੈ ਸਾਰੀ। ਇਸੇ ਕਰਕੇ ਪਾਤਸ਼ਾਹ ਜੀ ਇਹ ਰਹਿਮਤ ਕਰਦੇ। ਅਗਲੀ ਪੌੜੀ, ਜਪ ਤਪ ਸੰਜਮ ਨਾ ਵਰਤ ਪੂਜਾ, ਨਾ ਕੋ ਆਖ ਬਖਾਣੇ ਦੂਜਾ, ਆਪੇ ਆਪ ਉਪਾਏ ਬਿਗਸੈ, ਆਪੇ ਕੀਮਤ ਪਾਈਂਦਾ। ਪਾਤਸ਼ਾਹ ਕਹਿੰਦੇ ਭਾਈ ਨਾ ਕੋਈ ਉਦੋਂ ਜਪੀ ਸੀ ਜਪ ਕਰਨ ਵਾਲੇ, ਨਾ ਤਪੀ ਸਨ, ਕੋਈ ਸੰਜਮ ਰੱਖਣ ਵਾਲੇ ਵੀ ਨਹੀਂ ਸੀ, ਕੋਈ ਨਾ ਵਰਤ ਰੱਖਣ ਵਾਲਾ ਸੀ, ਨਾ ਕੋਈ ਪੂਜਾ ਕਰਨ ਵਾਲਾ, ਕੁਛ ਵੀ ਨਹੀਂ ਸੀ। ਪਾਤਸ਼ਾਹ ਕਹਿੰਦੇ ਬਸ ਇਕੱਲੇ ਅਕਾਲ ਪੁਰਖ ਵਾਹਿਗੁਰੂ। ਇਹ ਤਾਂ ਬਾਅਦ ਵਿੱਚ ਮੇਰੇ ਵਾਹਿਗੁਰੂ ਨੇ ਪਸਾਰਿਆ ਹੈ ਸਾਰਾ ਹੀ। ਇਹ ਕੱਲ੍ਹ ਵੀ ਆਪਾਂ ਬਚਨ ਸਾਂਝੇ ਕੀਤੇ ਸੀ ਵੀ ਸੱਚੇ ਮਾਲਕ ਨੇ ਆਪਣੇ ਆਪ ਤੋਂ ਹੀ ਸਭ ਪੈਦਾ ਕੀਤੇ। ਪੌੜੀ ਵੀ ਪੜ੍ਹਦਿਆਂ ਆਸਾ ਕੀ ਵਾਰ ਦੇ ਵਿੱਚ ਸਾਹਿਬਾ ਜੋ ਕਹਿੰਦੇ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾ, ਇਹ ਰਚਨਾ ਬਣਾਈ, ਨਾਮ ਰੱਖ ਦਿੱਤੇ ਨੇ ਆਪਣੇ ਆਪ ਤੋਂ ਹੀ ਸਭ ਕੁਛ ਸਾਜ ਕੀ ਵਾਹਿਗੁਰੂ ਨੇ। ਬਸ ਇੱਦਾਂ ਹੀ ਸਾਜਨਾ ਵੀ ਕਿਵੇਂ ਕੀਤੀ ਹੈ, ਪੰਜ ਤਾਤੀ ਸਭਨਾਂ ਨੂੰ ਲਾਏ ਨੇ, ਸਭਨਾਂ ਨੂੰ ਇੱਕ ਮਿੱਟੀ ਤੋਂ ਹੀ ਕਹਿ ਲਈ ਆਪਾਂ, ਜੋ ਪਾਤਸ਼ਾਹ ਕਹਿੰਦੇ ਆ ਬਈ ਭਾਈ ਮਿੱਟੀ ਤੋਂ ਹੀ, ਮਾਟੀ ਕੇ ਹਮ ਪੂਤਲੇ, ਸਾਹਿਬਾ ਕਹਿੰਦੇ ਆ ਮਾਣਸ ਰੱਖਿਓ ਨਾ, ਉਹ ਕਹਿੰਦੇ ਨਾਂ ਰੱਖ ਦਿੱਤਾ, ਸਾਡਾ ਨਾਂ ਰੱਖ ਤਾ ਪਾਤਸ਼ਾਹ ਕਹਿੰਦੇ ਮਨੁੱਖ, ਬਾਕੀ ਹੈ ਸਭ ਭਾਵਰ ਡੋਡੀ ਨਾਮ ਉਸ ਮੇਰੇ ਵਾਹਿਗੁਰੂ ਨੇ ਸਾਰੇ ਰਚੇ ਹੈ, ਰਚਿਤ ਕੀਤੇ ਹੈ। ਪਰ ਆਪਣੇ ਤੇ ਗੱਲ ਪਾਤਸ਼ਾਹ ਕਹਿੰਦੇ ਆ ਭਾਈ ਅਸੀਂ ਮਿੱਟੀ ਦੇ ਪੁਤਲੇ ਹਾਂ, ਪ੍ਰਭੂ ਨੇ ਪਰਮਾਤਮਾ ਨੇ ਵਾਹਿਗੁਰੂ ਨੇ ਸਾਡਾ ਮਾਨਸ ਮਨੁੱਖ ਨਾਮ ਰੱਖ ਦਿੱਤਾ। ਲੈ ਭਾਈ ਤੂੰ ਮਾਨਸ, ਤਦ ਤਾਂ ਪਾਤਸ਼ਾਹ ਨੇ ਆਖਣਾ ਕੀਤਾ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨਵੋ। ਐ ਪਿਆਰਿਓ ਜੋ ਮਨੁੱਖ ਹੈ, ਮਨੁੱਖ ਕੀ ਜਾਤ ਹੈ, ਪਾਤਸ਼ਾਹ ਕਹਿੰਦੇ ਇੱਕ ਪਹਿਚਾਨ ਕਰੋ, ਪਹਿਚਾਣੋ ਇੱਕ ਨੂੰ, ਜਿਹੜੇ ਇੱਕ ਤੋਂ ਪਛਾਰਾ ਪਸਰਿਆ ਕਹਿੰਦਾ ਉਹਦੀ ਪਛਾਣ ਕਰੋ। ਮਾਫ਼ ਕਰਨਾ ਪਰ ਸਾਡੀ ਗੱਲ ਹੋਰ ਬਣੀ ਹੋਈ ਹੈ, ਅਸੀਂ ਇੱਕ ਦੀ ਪਛਾਣ ਥੋੜ੍ਹੀ ਕਰਦੇ ਹਾਂ, ਅਸੀਂ ਤਾਂ ਭਾਵ ਅਲੱਹਦਾ ਅਲੱਹਦਾ ਹੀ ਪਾਟ ਬਣਾ ਛੱਡੇ ਨੇ। ਪਰ ਪਾਤਸ਼ਾਹ ਕਹਿੰਦੇ ਇੱਕ ਦੀ ਪਛਾਣ ਕਰੋ ਭਾਈ, ਇੱਕ ਨੂੰ ਲੱਭਣਾ ਆਪਾਂ, ਜੇ ਤੋਂ ਗਵਾਚੇ ਹੋਏ ਹਾਂ ਆਪਾਂ, ਜੇ ਤੋਂ ਵਿਛੜੇ ਹੋਏ ਹਾਂ, ਇੱਕ ਪਛਾਰਾ ਜਿਹਦਾ ਪਛਾਰਿਆ ਹੋਇਆ ਉਹਦੀ ਪਛਾਣ ਕਰਨੀ ਹੈ। ਪਰ ਇਹ ਮਨ ਸਾਡਾ ਮੂਰਖ ਹੋਰ ਹੀ ਪਛਾਣਾ ਕਰਦਾ ਫਿਰਦਾ ਹੈ। ਇਸੇ ਕਰਕੇ ਪਾਤਸ਼ਾਹ ਨੇ ਇਹ ਸਾਨੂੰ ਸਮਝਾਇਆ ਵੀ ਇੱਕ ਨਾਲ ਜੁੜ ਭਾਈ, ਇੱਕ ਦਾ ਪਸਰ ਪਸਾਰਾ ਸਾਰਾ ਹੀ ਤਾਂ ਭੁਲੇਖੇ 'ਚ ਪਏ ਹੋਏ ਆਪਾਂ ਸਾਰੇ, ਭੁਲੇਖਾ ਵੀ ਐਸਾ ਪੈ ਗਿਆ ਵੀ ਅਸੀਂ ਉਸ ਇੱਕ ਨੂੰ ਹੀ ਕਈ ਰੂਪ ਹੋਰ ਹੀ ਹੋਰ ਬਣਾਈ ਜਾਂਦੇ ਹਾਂ, ਉਹ ਹੋਰ ਤਾਂ ਅਸੀਂ ਹੋਰ ਹੀ ਸਮਝ ਹੀ ਬੈਠੇ ਹਾਂ। ਬਾਬਾ ਜੀ ਜੋ ਬਚਨ ਕਰਦੇ ਆ ਬੜੀ ਵਾਰ ਆਪਾਂ ਪੜ੍ਹਦੇ ਹਾਂ, ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ, ਹੋਏ ਨਾ ਤੈਸਾ।
ਵੀ ਭਰਮੀ ਇਹੋ ਜਿਹਾ ਪੈ ਗਿਆ ਭਾਈ, ਜੋ ਅਸੀਂ ਮੰਨ ਬੈਠੇ ਇਹੋ ਜਿਹਾ ਤਾਂ ਹੈ ਹੀ ਨਹੀਂ ਉਹ। ਅੱਜ ਜੇ ਆਪਾਂ ਗੁਰੂ ਨਾਨਕ ਸਾਹਿਬ ਦੇ ਗੁਰਸਿੱਖ ਅਖਵਾਉਣ ਵਾਲੇ, ਆਪਾਂ ਗੁਰੂ ਨਾਨਕ ਲੇਵਾ ਸਿੱਖ ਅਖਵਾਉਣ ਵਾਲੇ ਵੀ ਕਿਤੇ ਆਪਾਂ ਡੂੰਘਾਈ ਵਿੱਚ ਜਾ ਕੇ ਦੇਖੀਏ ਆਪਣੇ ਧਰਮ ਵੱਲ, ਆਪਣੇ ਗੁਰੂ ਸਾਹਿਬਾਨਾਂ ਦੇ ਕਿਰਦਾਰ ਵਿਵਹਾਰ ਜੀਵਨ ਵੱਲ, ਜੋ ਅਸੀਂ ਮੰਨੀ ਬੈਠੇ ਹਾਂ ਗੁਰੂ ਨਾਨਕ ਵੀ ਕਹਿ ਲਈਏ ਗੁਰੂ ਪਿਆਰਿਓ ਮਾਫ ਕਰਨਾ, ਵੀ ਉਹ ਜਿਹਾ ਨਹੀਂ ਆਏਗਾ ਜਦੋਂ ਸਮਝਾਂਗੇ ਜੋ ਅਸੀਂ ਮੰਨੀ ਬੈਠੇ ਹਾਂ। ਜਿਹੋ ਜਿਹੇ ਹਿਸਾਬ ਨਾਲ ਸਾਡੀਆਂ ਮਨੌਤਾਂ ਬਣੀਆਂ ਹੋਈਆਂ ਨੇ ਮਾਲਕ ਨੂੰ ਮੰਨਣ ਵਾਲੀਆਂ ਵੀ, ਇਸੇ ਕਰਕੇ ਅੱਜ ਭਾਵ ਕੇ ਹੌਲੀ ਹੌਲੀ ਗਿਆਨ ਆਉਂਦਾ ਜਾਂਦਾ ਸਭ ਨਾਲ, ਵੀ ਜੋ ਗੁਰੂ ਨਾਨਕ ਦਾ ਸਰੂਪ ਵੀ ਬਣਾਇਆ ਕਿ ਨਾ, ਗੁਰੂ ਨਾਨਕ ਦਾ ਸਰੂਪ ਜਿਹਨੂੰ ਆਪਾਂ ਫੋਟੋ ਕਹਿ ਲਈਏ ਭਾਈ, ਇਹ ਵੀ ਇੱਕ ਚਿੱਤਰਕਾਰ ਕਹਿੰਦੇ ਉਹਨੇ ਆਪਣਾ ਸਰੂਪ ਬਣਾ ਕੇ ਸਾਡੇ 'ਤੇ ਥੋਪ ਦਿੱਤਾ। ਇਹ ਸਾਹਮਣੇ ਅੱਜ ਨੈੱਟ ਦਾ ਯੁੱਗ ਹੈ, ਵੇਖ ਸਕਦੇ ਹਾਂ ਆਪਾਂ, ਦਿਖਾਇਆ ਜਾਂਦਾ ਹੈ। ਖੈਰ ਖਾਨੀ ਸੋਭਾ ਸਿੰਘ ਕਰਕੇ ਨਾਮ ਉਹਦਾ, ਵੀ ਉਹਨੇ ਆਪਣਾ ਹੀ ਸਰੂਪ ਆਪਣੀ ਚਿੱਤਰ ਬਣਾ ਕੇ ਸਾਡੇ ਸਾਹਮਣੇ ਗੁਰੂ ਨਾਨਕ ਪੇਸ਼ ਕਰਤੇ। ਬਹੁਤਾਤ ਗਿਣਤੀ ਅਸੀਂ ਮੰਨਦੇ ਹਾਂ। ਇਸੇ ਕਰਕੇ ਸਤਿਗੁਰੂ ਜੀ ਇਹ ਮਿਹਰਾਂ ਕਰਦਿਆ ਸਾਨੂੰ ਸਮਝਾਉਂਦਿਆ ਵੀ ਇਹ ਪਿਆਰਿਆ ਗੁਰਸਿੱਖਾ, ਗੁਰੂ ਨਾਨਕ ਦੀ ਬਾਣੀ ਨਾਲ ਜੁੜ, ਗੁਰੂ ਨਾਨਕ ਬਾਣੀ ਸਰੂਪ ਹੈ। ਪੜ੍ਹਦੇ ਤਾਂ ਹਾਂ ਆਪਾਂ ਵੀ ਬਾਣੀ ਗੁਰੂ, ਗੁਰੂ ਹੈ ਬਾਣੀ, ਵੀ ਬਾਣੀ ਭਾਈ ਗੁਰੂ ਸਰੂਪ ਹੈ ਸਾਡੇ, ਬਾਣੀ ਗੁਰੂ ਸਰੂਪ ਹੈ, ਗੁਰੂ ਸਾਹਿਬ ਜੀ ਬਾਣੀ ਦਾ ਰੂਪ ਨੇ। ਅਤੇ ਹੁਣ ਭਾਵ ਸਾਡੀ ਵਿਚਾਰ ਹੈ ਜਿਹੜੀ ਅਸੀਂ ਕਹਿੰਦੇ ਹਾਂ ਭਾਈ ਮੂਰਤ ਬਿਨਾਂ ਗੱਲ ਨਹੀਂ ਬਣਦੀ, ਬੜੇ ਤਾਂ ਅਰਥ ਹੋਰ ਭਾਵ ਐਸੇ ਸ਼ਬਦ ਨੇ ਜੋ ਮਾਲਕ ਨੇ ਆਖਣਾ ਕੀਤਾ, ਗੁਰ ਕੀ ਮੂਰਤ ਮਨ ਮੈਂ ਧਿਆਨ, ਕਹਿੰਦੇ ਧਿਆਨ ਰੱਖਣਾ ਜੀ ਬੜੇ ਤਾਂ ਹੀ ਪ੍ਰਚਾਰ, ਕਹਿੰਦੇ ਜੀ ਗੁਰੂ ਦੀ ਮੂਰਤੀ ਨੂੰ ਫੋਟੋ ਨੂੰ ਅੱਗੇ ਰੱਖ ਕੇ ਧਿਆਨ ਵਿੱਚ ਲੈ ਕੇ ਕਹਿੰਦੇ ਜਾਪ ਜਪੋ, ਵੇਖੋ ਕੈਸਾ ਭਰਮ ਪੈ ਗਿਆ ਸਾਨੂੰ। ਜੇ ਸ਼ਬਦ ਪੜ੍ਹਾਂਗੇ ਪੂਰਾ, ਅਗਲੀ ਪੰਕਤੀ ਪੜ੍ਹਾਂਗੇ, ਪਤਾ ਲੱਗੂ ਵੀ ਮੂਰਤ ਕੀ ਹੈ ਮਾਲਕ ਦੀ ਸਤਿਗੁਰਾਂ ਦੀ। ਜਿਵੇਂ ਆਪਾਂ ਸੁਥਰੇ ਸਾਹਿਬ ਦਾ ਪੜ੍ਹਦੇ ਹਾਂ ਨਾ ਗੁਰੂ ਪਿਆਰਿਓ, ਵੀ ਉਹਨਾਂ ਵੀ ਇਹੋ ਜਿਹੇ ਢੰਗ ਨਾਲ ਸਮਝਾਇਆ ਸੀ ਸੰਗਤਾਂ ਨੂੰ ਗੁਰੂ ਪਾਤਸ਼ਾਹ ਦੇ ਅੱਗੇ, ਵੀ ਜੋ ਕਿਸੇ ਦੇ ਕੋਲੋਂ ਖਾਣ ਪੀਣ ਖਾਈ ਗਏ ਸਕੀ ਗਏ ਉਧਾਰ, ਸਮਾਂ ਕਾਫੀ ਲੰਘਿਆ ਅਤੇ ਅਗਲੇ ਮੰਗਣਾ ਕੀਤਾ ਸੁਥਰਿਆ ਵੀ ਹੁਣ ਹਿਸਾਬ ਤਾਂ ਕਰਦੇ ਭਾਈ ਪੈਸਾ ਤੇ ਲੱਤਾਂ ਮੋੜ ਦੇ। ਉਹ ਕਹਿੰਦਾ ਕਿਹੜਾ, ਕਹਿੰਦੇ ਇੰਨਾ ਚਿਰ ਦਾ ਤੂੰ ਖਾਣ ਪਾਣ ਲੈ ਰਿਹਾ ਅਤੇ ਅੱਜ ਕਹਿੰਦਾ ਕਿਹੜਾ, ਕਹਿੰਦਾ ਮੈਂ ਤੇ ਤੂੰ ਕੀ ਲਿਆ, ਕਹਿੰਦਾ ਵੇਖ ਲੈ ਗੁਰੂ ਕੇ ਸਿੱਖ ਭਾਈ ਸੁਥਰਿਆ ਝੂਠ ਨਹੀਂ ਬੋਲਦੇ, ਝੂਠ ਬੋਲਦਾ, ਕਹਿੰਦਾ ਨਾ ਨਾ ਮੈਂ ਕੀ ਝੂਠ ਬੋਲਦਾ। ਭਾਵ ਕੇ ਸ਼ਿਕਾਇਤ ਕੀਤੀ ਸੀ, ਬੜੀ ਵਾਰ ਆਪਾਂ ਇਹ ਗਾਥਾ ਸਾਂਝੀ ਕੀਤੀ ਹੈ, ਸ਼ਿਕਾਇਤ ਕੀਤੀ ਬਾਜਾਂ ਵਾਲੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਸਤਿਗੁਰੂ ਜੀ ਤੁਹਾਡੇ ਸੁਥਰੇ ਜੀ ਇੰਨੇ ਸਮੇਂ ਦੇ ਰਾਸ਼ਨ ਪਾਣੀ ਮੇਰੇ ਲੈ ਕੇ ਸਕ ਰਹੇ ਨੇ ਅਤੇ ਅੱਜ ਮੈਂ ਪੈਸਾ ਮੰਗਿਆ ਹਿਸਾਬ ਕਰਨ ਨੂੰ ਆਖਿਆ ਅਤੇ ਮੁਕਰੀ ਗਏ, ਕਹਿੰਦੇ ਮੈਂ ਤੇ ਤੋਂ ਕੀ ਲਿਆ ਕਦੇ ਕੀ ਦੇਣਾ ਤੇਰਾ। ਪਾਤਸ਼ਾਹ ਨੇ ਬੁਲਾਉਣਾ ਕੀਤਾ, ਸੁਥਰੀਆ ਭਾਈ ਤੇਰੀ ਸ਼ਿਕਾਇਤ ਹੈ, ਤੂੰ ਰਾਸ਼ਨ ਪਾਣ ਲੈਂਦਾ ਰਿਹਾ ਅਤੇ ਪੈਸਾ ਹਿਸਾਬ ਨਹੀਂ ਕੀਤਾ ਤਾਂ, ਅਤੇ ਸਗੋਂ ਤੋਂ ਮੁਕਰਨਾ ਕੀਤਾ। ਅਤੇ ਆਖਣ ਲੱਗੇ ਸੁਥਰੇ ਜੀ ਪਾਤਸ਼ਾਹ ਸੱਚੇ ਪਾਤਸ਼ਾਹ, ਨਾ ਜੀ ਮੈਂ ਨਹੀਂ ਕੋਈ ਮੁਕਰਿਆ, ਮੈਂ ਨਹੀਂ ਕੁਝ ਲਿਆ। ਕਹਿੰਦੇ ਭਾਈ ਗੁਰੂ ਕਾ ਉਪਦੇਸ਼ ਤੁਹਾਨੂੰ ਇਹ ਕੁਛ ਸਿਖਾਉਂਦਾ ਹੈ,
ਵੀ ਮੁਕਰ ਜਾਣਾ ਨਾ ਸੁਥਰਿਆ ਉਹ ਨਹੀਂ ਕਰੀਦਾ। ਸੁਥਰੇ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਅਸੀਂ ਗੁਰੂ ਉਪਦੇਸ਼ ਨੂੰ ਕਮਾਇਆ ਕਮਾ ਰਹੇ ਹਾਂ। ਅਤੇ ਆਖਣ ਲੱਗੇ ਭਾਈ ਕਿੱਦਾਂ? ਕਹਿੰਦੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਹੀ ਬਚਨ ਨੇ, ਸਤਿਗੁਰੂ ਜੀ ਤੁਹਾਡੇ ਹੀ ਬਚਨ ਨੇ, ਕਿਤੇ ਲੈ ਲੈ ਮੁਕਰ ਪਾਏ। ਜਦੋਂ ਇਹ ਬਚਨ ਭਾਵ ਹੈ ਤਾਂ ਸਮਝਾਉਣ ਦਾ ਢੰਗ ਸੀ ਸੁਥਰੇ ਜੀ ਦਾ। ਪਾਤਸ਼ਾਹ ਕਹਿੰਦੇ ਸੁਥਰਿਆ ਭਾਈ ਇੱਕ ਪੰਗਤੀ ਤਾਂ ਤੈਂ ਪੜ੍ਹ ਲਈ ਹੈ, ਅੱਗੇ ਵੀ ਪੜ੍ਹ। ਲੈ ਕੇ ਮੁਕਰਨ ਵਾਲੇ ਹਨ ਜਿਹੜੇ, ਉਹਨਾਂ ਨੂੰ ਪਾਤਸ਼ਾਹ ਕਹਿੰਦੇ ਕੀ ਨੇ? ਅੱਗੇ ਨਹੀਂ ਪੜ੍ਹਨਾ? ਕਹਿਣ ਲੱਗਿਆ ਸੁਧਰੇ ਜੀ ਸੱਚੇ ਪਾਤਸ਼ਾਹ ਕਹਿੰਦੇ ਮੈਂ ਇੱਕ ਪੰਗਤੀ ਲੈ ਲਈ, ਅਗਲੀ ਕੋਈ ਹੋਰ ਸਿੱਖ ਨੂੰ ਦੇ ਦਿਓ। ਭਾਵ ਕੀ ਵੀ ਅਸੀਂ ਇੱਕ ਗੱਲ ਨੂੰ ਅੱਗੇ ਲੈ ਆਉਂਦੇ ਹਾਂ, ਅਗਲੀ ਨਹੀਂ ਵੇਖਦੇ ਵੀ ਅੱਗੇ ਵੀ ਸਤਿਗੁਰੂ ਕੁਛ ਕਹਿੰਦੇ ਹੈ। ਅਤੇ ਅਸੀਂ ਕਹਿੰਦੇ ਹਾਂ ਮੂਰਤ ਫੋਟੋ ਭਾਵ ਧਿਆਨ ਵਿੱਚ ਲੈ ਕੇ ਆਉਣੀ ਜੋ ਪਾਤਸ਼ਾਹ ਦੇ ਬਚਨ ਨੇ। ਸਤਿਗੁਰੂ ਜੀ ਕਹਿੰਦੇ ਪਿਆਰਿਆ ਇਹ ਆਉਣੀ ਵੀ ਆਪਣੇ 'ਤੇ ਲਾਗੂ ਪੰਗਤੀਆਂ ਨੂੰ ਸਾਂਟ ਲਈਏ ਆਪਾਂ। ਇਹ ਨਹੀਂ ਹੈ ਵੀ ਸ਼ਬਦ ਪੂਰਾ ਪੜ੍ਹਿਆ ਹੀ ਗੱਲ ਬਣਦੀ ਹੈ, ਅਧੂਰੇਪਣ ਵਿੱਚ ਕੁਛ ਨਹੀਂ ਹੁੰਦਾ, ਬੇਅੰਤ ਸਾਖੀਆਂ ਨੇ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਲਾਹੌਰ ਤੋਂ ਸਨ ਆਏ ਕਿ ਨਾ, ਦੋ ਪਹਿਲਾਂ ਚਿੱਠੀਆਂ ਭੇਜਣੀਆਂ ਸਤਿਗੁਰਾਂ ਨੇ ਲਾਹੌਰ ਤੋਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ। ਉਹ ਚਿੱਠੀਆਂ ਗੁਰੂ ਪਿਆਰਿਓ ਭਰਾਤਾ ਪਿਰਥੀ ਚੰਦ ਨੇ ਲਕੋਲੀਆਂ ਸੀ, ਤੀਸਰੀ ਹਦਾਇਤ ਕਰਕੇ ਭੇਜਣਾ ਕੀਤਾ ਸੀ। ਇਹ ਮੇਰੇ ਸਤਿਗੁਰਾਂ ਨੂੰ ਹੀ ਫੜਾਉਣੀ ਹੈ ਗੁਰਸਿੱਖਾ, ਮੇਰੇ ਪਿਤਾ ਜੀ ਨੂੰ ਹੀ ਫੜਾਉਣੀ ਹੈ ਗੁਰੂ ਰਾਮਦਾਸ ਜੀ। ਜਦੋਂ ਪਕੜਾਈ ਤੀਜੀ ਚਿੱਠੀ ਵੇਖਣਾ ਕੀਤਾ ਸੀ ਵੀ ਇਹ ਮੇਰਿਆ ਮਾਲਕਾ ਬਹੁਤ ਸਮਾਂ ਹੋ ਗਿਆ ਤੇਰੇ ਚਰਨਾਂ ਵਿੱਚ ਆਇਆ, ਕਿਰਪਾ ਕਰ ਦਿਓ ਬੁਲਾਵਾ ਦੇ ਦਿਓ। ਕਿਉਂਕਿ ਹਦਾਇਤ ਕੀਤੀ ਸੀ ਤੋਰਨ ਲੱਗਿਆਂ ਵੀ ਲਾਏ ਅਰਜਨ ਦੇਵ ਜਿੰਨਾ ਚਿਰ ਬੁਲਾਵਾ ਨਾ ਭੇਜੀਏ ਤਾਂ ਆਉਣਾ ਨਹੀਂ। ਅਤੇ ਗੁਰੂ ਪਿਆਰਿਓ ਹੁਕਮ ਮੰਨਿਆ ਸੀ। ਪਰ ਤੀਸਰੀ ਚਿੱਠੀ ਜਦੋਂ ਪ੍ਰਾਪਤ ਹੋਈ ਗੁਰੂ ਸਾਹਿਬ ਦੇ ਕੋਲੋਂ, ਤਿੰਨ ਤਿੰਨ ਨੰਬਰ ਅੰਗ ਲਿਖਿਆ ਹੋਇਆ ਸੀ, ਜਦੇ ਗੁਰੂ ਪਿਆਰਿਓ ਭਾਈ ਗੁਰਦਾਸ ਆਜੀਆਂ ਨੂੰ ਭੇਜ ਕੇ ਗੁਰਸਿੱਖਾਂ ਨੂੰ ਮੰਗਵਾਏ ਲਾਹੌਰ ਤੋਂ ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ, ਭਾਵੇਂ ਉਦੋਂ ਅਜੇ ਗੁਰਤਾ ਗੱਦੀ ਨਹੀਂ ਮਿਲੀ ਸੀ, ਭਾਵ ਉਹ ਸਤਿਗੁਰਾਂ ਨੇ ਪੁੱਛਣਾ ਕੀਤਾ ਵੀ ਭਾਈ ਆ ਤਿੰਨ ਨੰਬਰ ਅੰਕ ਪਾਇਆ, ਤੀਜੀ ਚਿੱਠੀ ਹੈ ਅਤੇ ਦੋ ਚਿੱਠੀਆਂ ਕਿੱਥੇ? ਅਤੇ ਆਖਣਾ ਕੀਤਾ ਸੱਚੇ ਪਾਤਸ਼ਾਹ ਮੈਂ ਤਾਂ ਭੇਜਦਾ ਰਿਹਾ ਗੁਰਸਿੱਖ ਕੋਲ। ਗੁਰਸਿੱਖ ਨੂੰ ਪੁੱਛਣਾ ਕੀਤਾ, ਉਹ ਕਹਿੰਦਾ ਮਹਾਰਾਜ ਪਿਰਥੀ ਚੰਦ ਜੀ ਰਸਤੇ ਵਿੱਚ ਮੇਰੇ ਫੜ ਲੈਂਦੇ ਸੀ, ਕਹਿੰਦੇ ਸੀ ਵੀ ਲੈ ਪਿਆਰਿਆ ਅਸੀਂ ਆਪ ਹੀ ਗੁਰੂ ਪਿਤਾ ਨੂੰ ਦੇ ਦਿਆਂਗੇ, ਤੂੰ ਜਾ। ਪਿਰਥੀ ਚੰਦ ਨੂੰ ਬੁਲਾਉਣਾ ਕੀਤਾ, ਬੁਲਾਇਆ ਸੀ ਅਤੇ ਆਖਣਾ ਕੀਤਾ ਇਹ ਪਿਰਥੀ ਚੰਦ ਭਾਈ ਦੋ ਪੱਤਰਿਕਾ ਪਹਿਲਾਂ ਆਈਆਂ ਨੇ, ਤੂੰ ਦੱਸਣਾ ਨਹੀਂ ਕੀਤਾ। ਉਹ ਕਹਿੰਦਾ ਮਹਾਰਾਜ ਮੇਰੇ ਕੋਲ ਕਿਹੜੀਆਂ ਪੱਤਰਿਕਾ ਆਈਆਂ, ਤਾਂ ਝੂਠ ਬੋਲਦੇ ਆ। ਇਹ ਸਿੱਖ ਵੀ ਝੂਠ ਬੋਲਦਾ, ਅਰਜਨ ਦੇਵ ਵੀ ਝੂਠ ਬੋਲਦਾ, ਭਰਾ ਵੀ ਮੇਰਾ। ਅਤੇ ਪਾਤਸ਼ਾਹ ਨੇ ਦਿਵ ਦ੍ਰਿਸ਼ਟੀ ਨਾਲ ਆਖਣਾ ਕੀਤਾ ਜੀ ਲਓ ਭਾਈ ਇਹਦਾ ਘਰੇ ਆਹ ਕੋਟ ਟੰਗਿਆ ਹੋਇਆ ਨਾ, ਉਹਦੇ ਵਿੱਚ ਉਹ ਦੋ ਪੱਤਰਿਕਾ ਨੇ ਗੁਰਸਿੱਖੋਂ ਲੈ ਕੇ ਆਓ, ਮੰਗਾਈਆਂ ਸਾਹਮਣੇ ਖੋਲੀਆਂ। ਆਖਣਾ ਕੀਤਾ ਬਈ ਆਹ ਪਿਰਥੀ ਚੰਦ ਆਹ ਕਿੱਥੋਂ ਆਈਆਂ, ਇਹ ਕਿਹਨੇ ਲਿਖੀਆਂ? ਅਤੇ ਆਖਣਾ ਕੀਤਾ ਪਿਰਥੀ ਚੰਦ ਕਹਿੰਦੇ ਪਾਤਸ਼ਾਹ ਕਿਉਂ ਮੈਂ ਨਹੀਂ ਲਿਖ ਸਕਦਾ, ਤਾਂ ਮੇਰੀਆਂ ਲਿਖੀਆਂ ਹੋਈਆਂ ਨੇ। ਫਿਰ ਗੁਰੂ ਪਾਤਸ਼ਾਹ ਨੇ ਆਖਣਾ ਕੀਤਾ ਸੀ ਲੈ ਭਾਈ ਕੋਈ ਗੱਲ ਨਹੀਂ, ਦੋ ਇਹ ਨੇ, ਆ ਤੀਜੀ ਮੇਰੇ ਹੱਥ ਵਿੱਚ ਪੜੀ ਪੱਤਰਿਕਾ ਇਹ ਅਰਜਨ ਦੇਵ ਨੇ ਭੇਜੀ ਹੈ, ਅਤੇ ਅਜੇ ਸ਼ਬਦ ਅਧੂਰਾ ਹੈ, ਪੂਰਾ ਨਹੀਂ ਹੈ।
ਇਹਨੂੰ ਪੂਰਾ ਕਰੋ, ਚੌਥਾ ਪਦ ਉਚਾਰਨ ਕਰੋ। ਇਹ ਪਿਰਥੀ ਚੰਦ, ਜੇ ਇਹ ਤੇਰੀਆਂ ਚਿੱਠੀਆਂ ਨੇ ਮੰਨ ਲੈਂਦੇ ਹਾਂ, ਚਲੋ ਤੂੰ ਚੌਥਾ ਪਦ ਉਚਾਰਨ ਕਰ ਦੇਵੇਂ ਅਤੇ ਮੰਨ ਲਵਾਂਗੇ ਭਾਈ ਇਹ ਤੈਂ ਸ਼ਬਦ ਲਿਖਣਾ ਕੀਤਾ ਹੈ, ਇਹ ਤੇਰੀਆਂ ਪੱਤਰਕਾਰ ਨੇ। ਪਰ ਨਹੀਂ ਗੁਰੂ ਪਿਆਰਿਓ, ਜੇ ਆਉਂਦਾ ਹੁੰਦਾ ਤਾਂ ਲਿਖਿਆ ਜਾਂਦਾ, ਭਾਵ ਕਿ ਇੱਦਾਂ ਹੀ ਕਰਮ ਨੇ ਸਾਡੇ ਵੀ ਅੱਜ ਬਹੁਤ ਵੀ ਆਉਂਦਾ ਨਹੀਂ ਅਤੇ ਉੱਥੇ ਕੁ ਤਾਂ ਹੀ ਅਸੀਂ ਗੱਲ ਕਰ ਲੈਂਦੇ ਵੀ ਜਿੱਥੇ ਕੁ ਤੱਕ ਸਾਨੂੰ ਕੋਈ ਸਮਝ ਆਉਂਦੀ ਹੈ ਜਾਂ ਆਪਣੇ 'ਤੇ ਲਾਗੂ ਕਰਨੀ ਹੁੰਦੀ ਹੈ। ਬਾਣੀ ਨੂੰ ਵੀ ਇਸ ਤਰੀਕੇ ਨਾਲ ਵਰਤਿਆ ਜਾਂਦਾ। ਪਰ ਜਦੋਂ ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ ਉਸਾਰਾ ਸੀ, ਅਰਜਨ ਦੇਵ ਸ਼ਬਦ ਭਾਈ ਪੂਰਾ ਕਰ, ਚੌਥਾ ਪਦਾ ਫਿਰ ਉਚਾਰਨ ਕੀਤਾ ਸੀ, ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸ਼ਾ ਨਾ ਵਿਛੜਾ ਜਾ, ਨਾਨਕ ਦਾਸ ਤੁਮਾਰੇ ਜੀਉ ਹਉ ਘੋਲੀ ਜੀਉ, ਘੋਲ ਕਮਾਈ ਜਾ ਨਾਨਕ ਦਾਸ ਤੁਮਾਰੇ ਜੀਉ। ਇਹ ਸ਼ਬਦ ਉਚਾਰ ਕੇ ਪੂਰਨ ਕੀਤਾ, ਭਾਵ ਕਿ ਅਧੂਰਾ ਮਾਲਕ ਨੇ ਆਖਣਾ ਕੀਤਾ ਭਾਈ ਅਧੂਰੇਪਣ ਵਿੱਚ ਨਹੀਂ ਗੱਲ ਹੁੰਦੀ, ਭਾਵ ਕਿ ਜੇ ਇੱਕ ਪੰਕਤੀ ਪੜ੍ਹ ਲਈ, ਜੇ ਅਸੀਂ ਅਰਥ ਕਰਕੇ ਉਹ ਗੱਲ ਕਈ ਵਾਰ ਸਤਿਗੁਰਾਂ ਨੇ ਸਮਝਾਉਣ ਲਈ ਕੋਈ ਹੋਰ ਤਰੀਕੇ ਦੀ ਗੱਲ ਕਰਕੇ ਉੱਥੇ ਲੈ ਕੇ ਜਾਣਾ ਹੁੰਦਾ। ਜਿਵੇਂ ਕੋਈ ਸਵਾਲ ਕਰਦਿਆਂ ਗੁਰੂ ਪਿਆਰਿਓ ਹੱਲ ਕਰਨ ਲਈ ਬੜਾ ਕੁਛ ਕਰਨਾ ਪੈਂਦਾ। ਸਵਾਲ ਮੈਥ ਜੋ ਪੜ੍ਹਦੇ ਆ, ਭਾਵ ਆਪਾਂ ਸੁਣਦੇ ਵੇਖਦੇ ਹਾਂ ਕਿ ਨਾ ਵੀ ਇੱਕ ਹੁੰਦੀ ਆ ਰਕਮ ਪਾਈ ਹੁੰਦੀ ਹੈ ਅਤੇ ਉਹਦਾ ਜੋੜ ਕੱਢਣ ਦੇ ਲਈ ਬੜਾ ਕੁਛ ਕਰਨਾ ਪੈਂਦਾ। ਇਉਂ ਹੀ ਸਮਝਾਉਣ ਲਈ ਪਾਤਸ਼ਾਹ ਨੇ ਬਾਣੀ ਦਾ ਵੀ ਤਰੀਕਾ ਹੀ ਵਰਤਿਆ, ਪ੍ਰਚਲਿਤ ਗਾਥਾ ਨੂੰ ਲੈ ਕੇ, ਕਹਾਣੀਆਂ ਨੂੰ ਲੈ ਕੇ, ਪ੍ਰਚਲਿਤ ਜੋ ਕਰਮ ਚੱਲਦੇ ਸੀ ਉਹਨਾਂ ਨੂੰ ਲੈ ਕਰਕੇ ਸਤਿਗੁਰਾਂ ਨੇ ਆਖਰ ਸਿੱਟਾ ਜੋ ਰਿਜ਼ਲਟ ਦਿੱਤਾ ਉਹ ਵੇਖਣਾ ਵੀ ਕੀ ਕਹਿੰਦੇ ਆ। ਉਹ ਸ਼ਬਦ ਸਾਰੇ ਵਿੱਚੋਂ ਪਤਾ ਲੱਗਦਾ। ਜੋ ਸਾਹਿਬਾ ਕਹਿੰਦੇ ਆ ਗੁਰ ਕੀ ਮੂਰਤ ਮਨ ਮੈਂ ਧਿਆਨ, ਮਨ ਵਿੱਚ ਧਿਆਨ ਰੱਖਣਾ ਅਤੇ ਨਾਲ ਫਿਰ ਕਹਿਤਾ ਗੁਰ ਕਾ ਸ਼ਬਦ ਮੰਤਰ ਮਨਮਾਨ। ਗੁਰੂ ਕੇ ਸ਼ਬਦ ਸ਼ਬਦੀ ਮੂਰਤ ਹੈ ਮਾਲਕ ਦੀ, ਬਸ ਇਹਨੂੰ ਮੰਤਰ ਬਣਾ ਲਾ, ਇਹਨੂੰ ਧਿਆਨ ਵਿੱਚ ਲਿਆ। ਪਾਤਸ਼ਾਹ ਕਹਿੰਦੇ ਸ਼ਬਦ ਨਾਲ ਜੁੜਨਾ ਕਰ, ਸ਼ਬਦ ਨੇ ਹੀ ਪਾਰ ਉਤਾਰਾ ਲਾਉਣਾ ਹੈ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਭਾਈ ਸ਼ਬਦ ਗੁਰੂ ਹੈ। ਸ਼ਬਦ ਹੁਣ ਸ਼ਬਦ ਆ ਜਿਹੜਾ, ਜੇ ਆਪਾਂ ਬੋਲੀਏ ਜਿੰਨਾ ਚਿਰ ਉੱਕਰਦੇ ਨਹੀਂ ਸ਼ਬਦ, ਉਨਾ ਚਿਰ ਦਰਸ਼ਨ ਥੋੜ੍ਹੀ ਹੋਣੇ ਆ। ਸ਼ਬਦ ਜੇ ਉਹਦਾ ਭਾਵ ਅਸੀਂ ਆਪਣੇ ਜਿਹਨ ਵਿੱਚ ਵਸਾਇਆ, ਸਮਝੋ ਕਿ ਉਹ ਗੁਰੂ ਸਾਡੇ ਅੰਦਰ ਵਸਿਆ ਹੋਇਆ ਹੈ, ਪ੍ਰਗਟ ਕਰਨ ਲਈ ਸਾਹਮਣੇ ਲੈ ਕੇ ਆਉਣ ਲਈ ਕੋਈ ਯਤਨ ਕਰਨਾ ਪਏਗਾ। ਇਉਂ ਹੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਹ ਕਿਰਪਾ ਕੀਤੀ ਹੈ, ਬਾਣੀ ਦੀ ਸਾਡੇ 'ਤੇ ਮਿਹਰ ਕੀਤੀ ਹੈ, ਰਹਿਮਤ ਕੀਤੀ ਹੈ, ਸ਼ਬਦ ਗੁਰੂ ਦੇ ਲੜ ਸਾਨੂੰ ਲਾਉਣਾ ਕੀਤਾ। ਭਾਵੇਂ ਕਿ ਬਾਜਾਂ ਵਾਲੇ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ ਹੈ, ਦੇਹ ਵਾਲਾ ਚੱਕਰ ਖਤਮ ਕਰਕੇ ਆਖੜਾ ਕੀਤਾ ਖਾਲਸਾ ਜੀ ਅੱਜ ਤੋਂ ਬਾਅਦ ਸ਼ਬਦ ਗੁਰੂ ਤੁਹਾਡੀ ਅਗਵਾਈ ਕਰਨਗੇ। ਸ਼ਬਦ ਗੁਰੂ ਨਾਲ ਜੁੜਨਾ ਸੰਗਤ ਜੀ, ਅਤੇ ਆਪਾਂ ਦੋਹਰਾ ਵੈਸੇ ਸਾਰੇ ਯਾਦ ਹੈ, ਸਾਰਿਆਂ ਦੇ ਪੜ੍ਹਦੇ ਵੀ ਹਾਂ, ਪਰ ਉਸ ਦੋਹਰੇ ਨੂੰ ਅਸੀਂ ਸਮਝਣਾ ਕਰੀਏ, ਵਿਚਾਰ ਕਰੀਏ ਉਹਦੀ, ਜੋ ਪਾਤਸ਼ਾਹ ਨੇ ਆਖਣਾ ਕੀਤਾ ਹੈ ਵੀ ਆਹ ਭਾਈ ਭਾਵੇਂ ਲਿਖਿਆ ਗੁਰਸਿੱਖਾਂ ਨੇ ਇਹ ਦੋਹਰੇ ਨੂੰ, ਗੁਰੂ ਸਾਹਿਬ ਦਾ ਇਹ ਭਾਵ ਕਿ ਸੰਕਲਪ ਸੀ, ਇਹ ਵਿਚਾਰ ਸੀ, ਇਹ ਸੋਚ ਸੀ ਵੀ ਇਹ ਪਿਆਰਿਓ ਇਸ ਮਾਲਕ ਨਾਲ ਜੁੜਨਾ ਅਤੇ ਜੋੜਨਾ। ਪੜ੍ਹਦੇ ਹਾਂ ਆਪਾਂ ਵੀ ਆਗਿਆ ਭਾਈ ਅਕਾਲ ਕੀ ਤਵੇ ਚਲਾਇਓ, ਪੰਥ ਬਾਜਾਂ ਵਾਲੇ ਕਹਿੰਦੇ
ਵੀ ਉਹਦੀ ਆਗਿਆ ਦੇ ਵਿੱਚ ਭਾਈ ਇਹ ਸਭ ਕੁਛ ਕੀਤਾ ਹੈ, ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਛ ਕੀਤਾ ਹੋਇਆ ਹੈ, ਤਾਂ ਇਹ ਪੰਥ ਨੂੰ ਸਿਰਜਣਾ ਕੀਤਾ ਹੈ। ਅਤੇ ਪੰਥ ਨੂੰ ਫਿਰ ਹੁਕਮ ਕੀ ਕੀਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਕਮ ਇਹ ਕੀਤਾ ਭਾਈ ਬਈ ਗੁਰੂ ਸਾਹਿਬ ਮੰਨਣਾ ਅਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਮੰਨਣਾ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਕਿਵੇਂ ਮੰਨਣਾ, ਪ੍ਰਗਟ ਗੁਰਾਂ ਕੀ ਦੇ, ਇਹਨੂੰ ਦੇ ਮੰਨਣਾ, ਸਰੀਰ ਮੰਨਣਾ ਪਾਤਸ਼ਾਹ ਦਾ। ਤਦੇ ਤਾਂ ਪਿਆਰ ਵਿੱਚ ਆਪਾਂ ਕਹਿੰਦੇ ਹਾਂ ਗੁਰੂ ਪਿਆਰਿਓ, ਆਪਾਂ ਪੜ੍ਹਦੇ ਹਾਂ ਜੇ ਆਮ ਕਿਤਾਬਾਂ ਪੜ੍ਹਦੇ ਹਾਂ ਤਾਂ ਉਹ 'ਤੇ ਆਪਾਂ ਕਹਿੰਦੇ ਇੰਨਾ ਪੰਨੇ 'ਤੇ ਆਹ ਕੁਛ ਹੈ ਭਾਈ, ਇੰਨੇ ਚੈਪਟਰ 'ਤੇ ਆਹ ਕੁਛ ਹੈ ਪੜ੍ਹਦੇ ਹਾਂ ਆਪਾਂ, ਇੰਨੇ ਪੇਜ 'ਤੇ ਆਹ ਕੁਛ ਹੈ, ਪਰ ਇੱਥੇ ਆਪਾਂ ਕੀ ਕਹਿੰਦੇ ਹਾਂ ਇੰਨੇ ਅੰਗ 'ਤੇ ਆਹ ਸ਼ਬਦ ਹੈ। ਅੰਗ ਗੁਰੂ ਪਾਤਸ਼ਾਹ ਦੇ ਅੰਗ ਨੇ, ਵੀ ਇੰਨੇ ਅੰਗ 'ਤੇ ਭਾਈ ਆਹ ਸ਼ਬਦ ਹੈ। ਇਸੇ ਕਰਕੇ ਆਓ ਸਤਿਗੁਰਾਂ ਨੇ ਇਹ ਮਿਹਰ ਕੀਤੀ ਹੈ ਵੀ ਇਉਂ ਭਾਈ ਮਾਲਕ ਨਾਲ ਜੁੜਨਾ ਹੈ, ਪ੍ਰਗਟ ਦੇਹ ਕਰਕੇ ਮੰਨਣਾ ਹੈ, ਸਤ ਸਰੂਪ ਮਾਲਕ ਨੂੰ ਮੰਨਣਾ। ਕਿਤੇ ਪਿਆਰ ਵਿੱਚ ਗੁਰੂ ਪਿਆਰਿਓ, ਬੜੀਆਂ ਐਸੀਆਂ ਘਟਨਾਵਾਂ ਆਉਂਦੀਆਂ ਨੇ ਗੁਰਸਿੱਖਾਂ ਦੇ ਜੀਵਨ ਵਿੱਚ ਜਿਹੜੇ ਪਿਆਰ ਕਰਦੇ ਆ, ਪਿਆਰ ਦੇ ਵਿੱਚ ਕੋਈ ਵੀ ਮਨ ਵਿੱਚ ਆਪਾਂ ਸੰਕਲਪ ਲੈ ਕੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਕਦੇ ਹੁਕਮ ਲੈ ਕੇ ਵੇਖੀਏ ਪਿਆਰ ਵਿੱਚ, ਅਤੇ ਉਹ ਸਾਰੇ ਹੁਕਮ ਵਿੱਚ ਸਾਡਾ ਸਾਰੇ ਹੀ ਜਿੰਨਾ ਵੀ ਭਰਮ ਹੁੰਦਾ ਕਹਿ ਲਈਏ ਜਾਂ ਕੋਈ ਸਵਾਲ ਹੁੰਦਾ, ਮਾਲਕ ਹੁਕਮ ਵਿੱਚ ਹੀ, ਹੁਕਮ ਸਾਹਿਬ ਵਿੱਚ ਹੀ ਹੱਲ ਦੱਸ ਦਿੰਦੇ ਆ ਸਾਰਾ। ਕਿਤੇ ਪਿਆਰ ਵਿੱਚ ਪੜ੍ਹ ਕੇ ਭਾਵ ਜਾਂ ਸਤਿਗੁਰੂ ਦੇ ਚਰਨਾਂ ਵਿੱਚ ਆਈ ਵੀ ਸੱਚੇ ਪਾਤਸ਼ਾਹ ਮਿਹਰ ਕਰ ਦਿਓ ਸਾਡਾ ਭਾਵ, ਜੋ ਕੁਝ ਲੈ ਕੇ ਆਈਏ ਮਨ ਵਿੱਚ, ਆ ਕੇ ਪਿਆਰ ਵਿੱਚ ਗੁਰੂ ਕੇ ਸ਼ਬਦ ਬਚਨ ਸੁਣੀਏ ਸਮਝੀਏ, ਅਤੇ ਸਭ ਕੁਝ ਸਤਿਗੁਰੂ ਸਮਝਾ ਦਿੰਦੇ ਹੈ। ਪਰ ਅੰਦਰ ਯਾਚਨਾ ਹੋਵੇ, ਯਾਚਕਪਣ ਹੋਵੇ ਵੀ ਮੰਗ 'ਤੇ ਬਣ ਕੇ ਆਈਏ, ਵੀ ਮਾਲਕ ਦੇ ਦਰ ਦੇ ਭਿਖਾਰੀ ਬਣ ਕੇ ਆਈਏ, ਕੁਝ ਲੈਣ ਲਈ ਆਈਏ, ਕੁਝ ਸਿੱਖਿਆ ਲਈ ਆਈਏ, ਫਿਰ ਸਤਿਗੁਰੂ ਜੀ ਕਿਰਪਾ ਕਰਦੇ ਆ, ਮਿਹਰਾਂ ਕਰਦੇ ਆ, ਕਿਉਂਕਿ ਬਾਣੀ ਹਰ ਇੱਕ ਲਈ ਇੱਕੋ ਹੀ ਉਪਦੇਸ਼ ਆ। ਇੱਥੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਪਾਤਸ਼ਾਹ ਕਹਿੰਦੇ ਆ, ਸਭਨਾਂ ਲਈ ਇੱਕੋ ਹੀ ਬਾਣੀ ਹੈ ਭਾਈ, ਇੱਕੋ ਹੀ ਸ਼ਬਦ ਹੈ, ਇੱਕੋ ਹੀ ਸ਼ਬਦ ਦੀ ਵਿਚਾਰ ਸਾਰਿਆਂ ਲਈ ਹੈ। ਇੱਥੇ ਇਹ ਨਹੀਂ, ਇਹ ਵਿਲੱਖਣਤਾ ਗੁਰੂ ਨਾਨਕ ਦੇ ਸਕੂਲ ਦੀ ਹੈ। ਆਪਾਂ ਕਹਿੰਦੇ ਵੀ ਗੁਰੂ ਨਾਨਕ ਦਾ ਇਹ ਸਕੂਲ ਹੈ, ਪਾਠਸ਼ਾਲਾ ਕਹਿ ਲਈਏ, ਧਰਮਸ਼ਾਲਾ ਕਹਿ ਲਈਏ, ਅੱਜ ਆਪਾਂ ਗੁਰਦੁਆਰਾ ਸਾਹਿਬ ਕਹਿੰਦੇ ਹਾਂ, ਜੋ ਪਾਤਸ਼ਾਹ ਨੇ ਬਚਨ ਵੀ ਕੀਤਾ ਹੈ ਵੀ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਸਮਝ ਲੈਣ ਲਈ ਅਸੀਂ ਗੁਰੂ ਘਰ ਆਉਂਦੇ ਹਾਂ ਨਾ, ਜਿੱਥੇ ਸਮਝਣ ਲਈ ਜਾਇਆ ਜਾਂਦਾ ਉਹਨੂੰ ਆਪਾਂ ਸਕੂਲ ਕਹਿੰਦੇ ਹਾਂ। ਦੁਨੀਆਂ ਦੇ ਸਕੂਲ ਨੇ ਗੁਰੂ ਪਿਆਰੇ, ਉਹਨਾਂ ਦਾ ਅਲੱਹਦਾ ਕਿਰਿਆ ਹੈ, ਉੱਥੇ ਜਿਹੜਾ ਪਹਿਲੇ ਦਿਨ ਜਾਂਦਾ ਉਹਦੇ ਲਈ ਪਹਿਲੀ ਕਲਾਸ ਹੀ ਹੈ, ਉਹਦੇ ਲਈ ਲੈਸਨ ਕਹਿ ਲਈਏ, ਚੈਪਟਰ ਕਹਿ ਲਈਏ, ਸਵਾਲ ਕਹਿ ਲਈਏ, ਪਾਠ ਕਹਿ ਲਈਏ, ਉਹ ਆਰੰਭਤਾ ਤੋਂ ਸ਼ੁਰੂ ਹੁੰਦਾ। ਅੱਜ ਲਕੇ ਜੀ ਕਹਿੰਦੇ ਆਪਾਂ ਜੋ ਕਹੇ ਜੀ ਨਰਸਰੀ ਵਗੈਰਾ ਨੇ, ਪਰ ਪਹਿਲਾਂ ਆਪਾਂ ਪਹਿਲੀ ਕਲਾਸ ਦੀ ਗੱਲ ਕਰੀਏ ਵੀ ਇੱਕ ਨੰਬਰ ਕਲਾਸ ਦੁਨਿਆਵੀ ਸਕੂਲ ਵਿੱਚ ਉਹਦਾ ਅਲੱਹਦਾ ਲੈਸਨ ਹੈ, ਅਲੱਹਦਾ ਪੜ੍ਹਾਈ ਹੈ, ਦੂਜੀ ਵਾਲਿਆਂ ਨੂੰ ਹੋਰ, ਤੀਜੀ ਵਾਲਿਆਂ ਨੂੰ ਹੋਰ, ਚੌਥੀ ਵਾਲਿਆਂ ਨੂੰ ਨਾ, ਇਹ ਹੋਰ ਹੈ। ਪਰ ਗੁਰੂ ਨਾਨਕ ਦਾ ਸਕੂਲ ਇੱਥੇ ਭਾਵੇਂ ਕੋਈ 10 ਸਾਲ ਤੋਂ ਆ ਰਿਹਾ, ਕੋਈ 20 ਸਾਲ ਤੋਂ, ਕੋਈ 50 ਸਾਲ ਤੋਂ ਆਉਂਦਾ, ਅਤੇ ਕੋਈ ਅੱਜ ਪਹਿਲੇ ਦਿਨ ਆਇਆ, ਮੇਰਾ ਮਾਲਕ ਹਰ ਇੱਕ ਨੂੰ ਇੱਕੋ ਹੀ ਕਾਇਦਾ ਦਿੰਦਾ, ਇੱਕੋ ਹੀ ਕਾਨੂੰਨ, ਇੱਕੋ ਹੀ ਸਿੱਖਿਆ,
ਇਹ ਨਹੀਂ ਵੀ ਆ ਪਿਆਰਾ ਤੂੰ ਤਾਂ ਬੜਾ ਦੇਰ ਬਾਅਦ ਆਇਆ, ਤੈਨੂੰ ਅੱਜ ਇਹ ਸਿੱਖਿਆ ਨਹੀਂ ਮੈਨੂੰ, ਤੈਨੂੰ ਉੱਥੇ ਹੀ ਜਾਣਾ ਪਊ। ਨਹੀਂ, ਪਾਤਸ਼ਾਹ ਜੀ ਉੱਥੋਂ ਹੀ ਰਹਿਮਤ ਕਰ ਦਿਆ। ਤਦੇ ਤਾਂ ਪਾਤਸ਼ਾਹ ਨੇ ਸਾਨੂੰ ਆਖਣਾ ਕੀਤਾ, ਗੁਰੂ ਨੌਵੇਂ ਪਾਤਸ਼ਾਹ ਕਹਿ ਰਹੇ ਨੇ ਕਹਿੰਦਾ ਸਾਨੂੰ ਵੀ ਆ ਪਿਆਰਿਆ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਸਿਨ ਸਿਨ ਔਧ ਵਿਹਾਤ ਹੈ ਫੁੱਟੇ, ਘੱਟ ਜਿਉਂ ਪਾਣੀ। ਪਾਸਕ ਨੇ ਹਰ ਗੁਣ ਕਾਏ ਨਾ ਗਾਵੀ, ਮੂਰਖ ਅਗਿਆਨਾ, ਝੂਠੇ ਲਾਲਚ ਲਾਗ ਕਹਿੰਦੇ ਮਰਨ ਪਛਾਣਾ। ਇੱਥੇ ਆ ਕੇ ਫਿਰ ਪਾਤਸ਼ਾਹ ਕਹਿੰਦੇ ਆ, ਕਹਿੰਦੇ ਆ ਪਿਆਰਿਆ, ਅਜੋਹੋਂ ਕੈਸ ਵਿਗੜਿਓ ਨਹੀਂ। ਕਹਿੰਦੇ ਪਿਆਰਿਆ, ਵਿਗੜਿਆ ਤੇਰਾ ਅਜੇ ਵੀ ਕੁਛ ਨਹੀਂ ਹੈ, ਅਜੇ ਵੀ ਨਹੀਂ ਕੁਛ ਵਿਗੜਿਆ, ਕੋਈ ਗੱਲ ਨਹੀਂ। ਬਾਲਪਨ ਲੰਘ ਗਿਆ, ਲੰਘ ਗਿਆ, ਕੋਈ ਗੱਲ ਨਹੀਂ। ਨਹੀਂ ਸਮਝ ਆਈ, ਲੰਘਾ ਦਿੱਤਾ ਤਾਂ ਐਵੇਂ, ਕੋਈ ਗੱਲ ਨਹੀਂ। ਅੱਜ ਜਵਾਨੀ ਆਈ ਹੈ, ਅੱਜ ਹੀ ਸਮਝ ਜਾਏ। ਜੇ ਜਵਾਨੀ ਵੀ ਲੰਘ ਗਈ ਜਾਂ ਵਿਸ਼ੇ ਵਿਕਾਰਾਂ 'ਚ ਗੁਲਤਾਨ ਹੋ ਗਈ, ਪਾਸਾ ਫਿਰ ਵੀ ਕਹਿੰਦੇ ਆ ਕੋਈ ਗੱਲ ਨਹੀਂ, ਅਜੇ ਵੀ ਨਹੀਂ ਕੁਛ ਵਿਗੜਿਆ। ਸਵਾਸ ਨੇ ਤੇਰੇ ਕੋਲ ਸਰੀਰ ਹੈ, ਚੱਲਦਾ ਫਿਰਦਾ, ਅਜੇ ਵੀ ਸਮਝ ਲੈ। ਪਾਤਸ਼ਾਹ ਕਹਿੰਦੇ ਨੇ ਅੱਜ ਵੀ ਆ ਜਾ, ਤਾਂ ਵੀ ਪਾਤਸ਼ਾਹ ਕਹਿੰਦੇ ਜੇ ਅੱਜ ਵੀ ਆ ਜਾਏਗਾ, ਤੈਨੂੰ ਇਉਂ ਨਹੀਂ ਵੀ ਬਾਲਪਣ ਤੋਂ ਤੈਨੂੰ ਸਿੱਖਿਆ ਵਾਲੀ ਉਹੀ ਕਾਇਦਾ ਤੈਨੂੰ ਪਹਿਲੀ ਵਾਲਾ ਫੜਾਵਾਂਗੇ, ਨਹੀਂ, ਅੱਜ ਵੀ ਤੈਨੂੰ ਸੰਗਤ ਦੇ ਨਾਲ ਹੀ ਰਲਾ ਲੈਣਾ। ਪਾਤਸ਼ਾਹ ਕਹਿੰਦੇ ਆ ਵੀ ਅਜੇ ਵੀ ਨਹੀਂ ਕੁਛ ਵਿਗੜਿਆ। ਵੇਖੋ ਕਿੱਡੇ ਪਾਤਸ਼ਾਹ ਜੀ ਕਿਰਪਾ ਕੀਤੀ ਹੈ ਮਾਲਕ ਨੇ ਸਾਡੇ 'ਤੇ, ਕਿੱਡੀ ਰਹਿਮਤ ਕਰ ਦਿਆ। ਤਦੇ ਬਖਸ਼ਣ ਪਿਤਾ ਕਿਹਾ ਨਾ, ਤਦੇ ਬਖਸ਼ਣ ਹਾਰ ਕਿਹਾ ਸਤਿਗੁਰਾਂ ਨੂੰ। ਸਤਿਗੁਰੂ ਤਾਂ ਇਹ ਹੈ ਸੁਭਾਅ, ਬਾਣੀ ਵਿੱਚ ਪਾਤਸ਼ਾਹ ਕਹਿੰਦੇ ਆ ਸਰਨ ਆਵੇ ਤਿਸ ਕੰਠ ਲਾਵੇ, ਜੋ ਵੀ ਆ ਜਾਵੇ ਉਹਨੂੰ ਹੀ ਗਲੇ ਨਾਲ ਲਾ ਲੈਂਦੇ ਆ, ਉਹਨੂੰ ਹੀ ਕਹਿੰਦੇ ਆ ਪਿਆਰਿਆ ਕੋਈ ਗੱਲ ਨਹੀਂ। ਸਾਡ ਪਿਛਲੀ ਕਹਾਣੀ ਤੋਂ ਲੰਘ ਗਿਆ, ਲੰਘ ਗਿਆ, ਜੋ ਲੰਘ ਗਿਆ ਆ ਜਾ, ਅੱਜ ਤੁਰਨਾ ਸਿੱਖ ਲੈ, ਪਿਛਲੇ ਗੁਣਹਾ ਬਖਸ਼ ਲੈ ਪ੍ਰਭ, ਅੱਗੇ ਮਾਰਗ ਪਾਵੇ। ਪਾਤਸ਼ਾਹ ਕਹਿੰਦੇ ਆ, ਕਹਿੰਦੇ ਪਿਛਲਿਆਂ ਦੀ ਤਾਂ ਗੱਲ ਹੀ ਸਾਡੇ ਸਤਿਗੁਰੂ ਕਹਿੰਦੇ ਆ ਵੀ ਬਸ ਅੱਗੇ ਲਈ ਮਾਰਗ ਤੇ ਮਾਲਕ ਤੋਰਦਾ ਵੀ ਲੈ ਭਾਈ ਹੁਣ ਤੂੰ ਆ ਮਾਰਗ ਤੇ ਚੱਲ ਪੈ, ਬਸ ਪਿਛਲੇ ਨੂੰ ਭੁੱਲੀ ਜਾ। ਪਾਤਸ਼ਾਹ ਕਹਿੰਦੇ ਨੇ ਖਤਮ ਕਰ ਦਿੰਦੇ ਆ ਸਾਰੀ ਕਹਾਣੀ ਪਿਛਲੀ, ਪਰ ਹਾਂ ਮੰਨ ਜਾਵੇ, ਮਨ ਜਾਵੇ ਵੀ ਸੱਚੇ ਪਾਤਸ਼ਾਹ ਬਸ ਅੱਜ ਕਿਰਪਾ ਹੋ ਗਈ, ਬਸ ਸੁਣ ਨਹੀਂ। ਕਹਿ ਦੇਵੇ ਭੂਮੀਏ ਦੇ ਵਾਂਗ ਪਾਤਸ਼ਾਹ, ਜੋ ਤੁਸੀਂ ਬਚਨ ਕਰ ਦਿੱਤੇ ਨਾ ਹੁਣ ਨਹੀਂ ਮੈਂ ਭੁੱਲਦਾ, ਹੁਣ ਤੁਹਾਡੇ ਬਚਨਾਂ ਮੁਤਾਲਿਕ ਚੱਲਾਂਗੇ। ਪਹਿਲਾਂ ਵੀ ਬਚਨ ਪੜਿਆ, ਜੇ ਕੋ ਬਚਨ ਕਮਾਵੇ ਸੰਤਨ ਕਾ, ਕਮਾਈ ਕਰ ਲੇ ਬਚਨ ਦੀ। ਪਾਤਸ਼ਾਹ ਕਹਿੰਦੇ ਬਸ ਫੇਰ ਨਹੀਂ, ਫਿਰ ਸਾਰਾ ਕੁਛ ਹੀ ਮਾਫ ਹੈ ਜੇ ਮੰਨ ਕੇ ਚੱਲੇ ਅੱਗੇ ਨੂੰ, ਇਸ ਮਾਰਗ ਨੂੰ ਅਪਣਾ ਲਵੇ ਫਿਰ। ਪਾਤਸ਼ਾਹ ਤਾਂ ਕਹਿੰਦੇ ਆ ਸਤਿਗੁਰੂ ਜੀ ਵੀ, ਅਜੋ ਕੁਛ ਵਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ, ਨਿਰਭੈ ਪਦ ਪਾਵੇ ਫਿਰ ਡਰ ਸਾਰੇ ਖਤਮ, ਨਿਰਭੈਤਾ ਪਦ ਵੀ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਭਾਈ ਇੱਧਰ ਉੱਧਰ ਨਾ ਫਿਰੋ, ਵੀ ਪਹਿਲਾਂ ਵੀ ਕੋਈ ਐਸਾ ਨਹੀਂ ਸੀ, ਇਹ ਤਾਂ ਭਰਮ ਜਾਲ ਸਾਰਾ ਹੀ ਵਿਛਾਤਾ, ਤਾਂ ਮੇਰੇ ਮਾਲਕ ਵਾਹਿਗੁਰੂ ਨੇ ਆਪਣੀ ਖੁਸ਼ੀ ਖੇੜੇ ਦੇ ਵਿੱਚ ਆ ਭਾਵ ਕੇ ਸਭ ਕੁਝ ਪੈਦਾ ਕੀਤਾ, ਕਿ ਲਈ ਇੱਕ ਖੇਲ ਰਚਾਇਆ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਪਹਿਲਾਂ ਕੀ ਸੀ, ਕੁਛ ਵੀ ਨਹੀਂ ਸੀ, ਕਿਹੜਾ ਕੋਈ ਪੂਜਾ ਸੀ, ਕਾਹਦੀ ਪੂਜਾ ਸੀ, ਕਿਹੜੇ ਵਰਤ ਸਨ। ਪਾਤਸ਼ਾਹ ਕਹਿੰਦੇ ਕੋਈ ਵਰਤ ਨਹੀਂ ਸੀ, ਕੋਈ ਜਪ ਤਪ ਸੰਜਮ ਆਦਿ ਕੀ ਸੀ ਪਹਿਲਾਂ, ਕੁਝ ਵੀ ਨਹੀਂ ਸੀ। ਪਾਤਸ਼ਾਹ ਕਹਿੰਦੇ ਨੇ ਜਪ ਤਪ ਸੰਜਮ ਨਾ ਵਰਤ ਪੂਜਾ, ਕੁਛ ਵੀ ਨਹੀਂ ਸੀ। ਇਹ ਤਾਂ ਹੈ ਭਰਮ ਜਾਲ ਹੀ ਪਾਤਾ ਕਹਿ ਲਈ ਆਪਾਂ,
ਪਿਆ ਹੋਏ ਭਰਮ ਜਾਲ ਨੂੰ ਕੱਟਣ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਰੀਰ ਕਰਕੇ ਸੰਸਾਰ ਵਿੱਚ ਆਏ। ਉਹਨਾਂ ਨੇ ਆ ਬਾਣੀ ਦੁਆਰਾ ਭਰਮ ਜਾਲ ਕੱਟੇ। ਇਹ ਵੱਖਰੀ ਗੱਲ ਵੀ ਅਸੀਂ ਬਾਣੀ ਨਾਲ ਟੁੱਟ ਕੇ ਫੇਰ ਭਰਮਾਂ 'ਚ ਹੀ ਹਾਂ, ਉਸੇ ਜਾਲ 'ਚ ਫੇਰ ਹਾਂ। ਮੇਰੇ ਮਾਲਕ ਨੇ ਕਿਰਪਾ ਕੀਤੀ ਹੈ, ਇਸੇ ਕਰਕੇ ਸਾਹਿਬਾ ਸਮਝਾਉਂਦਿਆ ਵੀ ਪਿਆਰਿਓ ਵੀ ਇਹੋ ਜਿਹੇ ਚੱਕਰਾਂ 'ਚ ਨਾ ਪਵੋ ਵੀ ਪਹਿਲਾਂ ਕਿਹੜਾ ਇਹੋ ਜਿਹਾ ਕੁਛ ਹੈ ਸੀ ਵੀ ਅਸੀਂ ਸਿੱਧੇ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਰੀਏ, ਸੰਜਮ ਰੱਖੀਏ ਅਸੀਂ ਆਪਣੇ ਇੰਦਰੀਆਂ ਦਾ, ਜਪਤਾ ਵਿੱਚ ਅਸੀਂ ਰਹੀਏ, ਸੱਚੇ ਜਤੀ ਸੱਚੇ ਤਪੀ ਬਣੀਏ। ਇਸੇ ਕਰਕੇ ਪਾਤਸ਼ਾਹ ਨੇ ਸਮਝਾਇਆ ਹੈ, ਸਾਹਿਬ ਕਹਿੰਦੇ ਜਪ ਤਪ ਸੰਜਮ ਨਾ ਵਰਤ ਪੂਜਾ, ਨਾ ਕੋ ਆਖ ਬਖਾਣੇ ਦੂਜਾ। ਸਾਹਿਬ ਕਹਿੰਦੇ ਭਾਈ ਉਦੋਂ ਦੂਜਾ ਕੋਈ ਹੈ ਹੀ ਨਹੀਂ ਸੀ ਆਖਣ ਵਾਲਾ। ਭਾਵ ਗੁਰੂ ਪਾਤਸ਼ਾਹ ਕਹਿੰਦੇ ਆ ਬਈ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਦੂਜਾ ਕੌਣ ਸੀ, ਕੁਛ ਵੀ ਨਹੀਂ ਸੀ। ਅੱਜ ਵੀ ਸਾਨੂੰ ਇਹ ਉਪਦੇਸ਼ ਹੈ ਵੀ ਗੁਰਸਿੱਖਾ ਉਹ ਤੋਂ ਬਿਨਾਂ ਦੂਜਾ ਕੋਈ ਨਾ ਹੋਰ ਮਨ। ਠੀਕ ਹੈ ਸਤਿਕਾਰ ਸਾਰਿਆਂ ਦਾ, ਪਰ ਅਕਾਲ ਪੁਰਖ ਵਾਹਿਗੁਰੂ ਅਗੰਮੀ ਜੋਤ ਨਿਰੰਕਾਰੀ ਅਲਾਹੀ ਜੋਤ, ਉਸ ਵਾਹਿਗੁਰੂ ਦੇ ਨਾਲ ਜੁੜਨਾ ਸੀ, ਉਸ ਅਕਾਲ ਪੁਰਖ ਨੂੰ ਧਿਆਉਣਾ ਹੈ। ਇਸ ਬਾਣੀ ਦੇ ਦੁਆਰਾ ਧਿਆਇਆ ਜਾਣਾ, ਸਮਝ ਕੇ ਗਾਇਆ ਜਾਣਾ, ਜੁੜਿਆ ਜਾਣਾ ਬਾਣੀ ਦੇ ਦੁਆਰਾ ਹੀ। ਪਾਤਸ਼ਾਹ ਕਹਿੰਦੇ ਐ ਪਿਆਰਿਓ ਬਾਣੀ ਨਾਲ ਜੁੜੋ। ਗੁਰੂ ਨਾਨਕ ਅੱਜ ਪਾਤਸ਼ਾਹ ਜੀ ਇਹੀ ਸਮਝਾਉਂਦੇ ਆ ਸਾਨੂੰ, ਨਾ ਕੋ ਆਖ ਬਖਾਣੈ ਦੂਜਾ, ਆਪੇ ਆਪ ਉਪਾਏ ਬਿਗਸੈ, ਆਪੇ ਕੀਮਤ ਪਾਏ ਦਾ। ਆਪੇ ਆਪ ਹੀ ਉਸ ਮੇਰੇ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਇਹ ਸਭ ਕੁਝ ਪੈਦਾ ਕੀਤਾ ਸੰਸਾਰ, ਆਪੇ ਮੇਰੇ ਮਾਲਕ ਨੇ, ਬਸ ਕੀਮਤ ਪਾਉਣੀ ਹੈ ਇਹ ਸੰਸਾਰ ਦੀ ਕੀਮਤ ਕਾਦਰ ਉਹ ਮੇਰਾ ਵਾਹਿਗੁਰੂ ਹੀ ਕਿਰਪਾ ਕਰਦਾ ਹੈ। ਸਾਡੀ ਭਾਵ ਕੇ ਗੁਣਾਂ ਦੀ ਕਹਿ ਲਈਏ ਜੋ ਕੀਮਤ ਬਣਨੀ ਹੈ ਉਹ ਮਾਲਕ ਨੇ ਪਾਉਣੀ ਹੈ। ਸੰਸਾਰ ਵਿੱਚ ਤਾਂ ਐਵੇਂ ਝੂਠੀਆਂ ਕੀਮਤਾਂ ਪੈਂਦੀਆਂ ਨੇ, ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਕੁਝ ਕਰਦਾ ਹੈ, ਪਰ ਸੱਚੀ ਕੀਮਤ ਜਦੋਂ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਖ ਦਾ ਪਤਾ ਫੇਰ ਲੱਗਦਾ ਵੀ ਕਿੰਨੇ ਕੁ ਦਾ ਹੋ ਕੇ ਨਿਬੜਿਆ ਤੂੰ, ਵੀ ਕਿੰਨੀ ਕੁ ਤਾਂ ਭਾਈ ਕਮਾਈ ਕੀਤੀ ਹੈ, ਕਿੰਨਾ ਕੁ ਜੀਵਨ ਤੋਂ ਲਾਹਾ ਲਿਆ ਕਿ ਐਵੇਂ ਬਰਬਾਦ ਕਰ ਦਿੱਤਾ। ਪਰ ਪਾਤਸ਼ਾਹ ਕਹਿੰਦੇ ਇਹਨੇ ਜਾਣਿਆ ਨਹੀਂ ਇਹ ਬੇਕੀਮਤੀ ਵਸਤੂ ਨੂੰ, ਆ ਦੁਰਲੱਭ ਜੋ ਦੋਵੇਂ ਬਾਲਕ ਨੇ ਦਿੱਤੀ, ਜੋ ਆਪਾਂ ਪੜ੍ਹਦੇ ਹਾਂ ਕਹਿੰਦਾ ਕਬੀਰ ਮਾਨਸ ਜਨਮ ਦੁਰਲੱਭ ਹੈ, ਬੇ ਦੁਰਲੱਭ ਵਸਤੂ ਦਿੱਤੀ ਜੋ ਮਾਲਕ ਨੇ, ਜੋ ਪਾਤਸ਼ਾਹ ਨੇ ਆਖਣਾ ਕੀਤਾ ਵੀ ਹੈ ਪਿਆਰਿਓ ਆ ਐਸਾ ਮੇਰੇ ਮਾਲਕ ਨੇ ਸਾਨੂੰ ਸਰੀਰ ਜਨਮ ਜੀਵਨ ਦਿੱਤਾ ਹੈ, ਦੁਰਲੱਭ ਦੇ ਪਾਈ ਵਡਭਾਗੀ, ਵੱਡੇ ਭਾਗਾਂ ਨਾਲ ਕਿਰਪਾ ਹੋਈ ਹੈ, ਆ ਦੁਰਲੱਭ ਜਨਮ ਮਿਲਿਆ ਜਿਹੜਾ ਸਾਨੂੰ, ਆ ਦੇਹ ਸਰੀਰ ਮਿਲਿਆ ਮਨੁੱਖਾ ਜਾਮਾ। ਪਰ ਕੀ ਹੋਇਆ, ਪਾਤਸ਼ਾਹ ਕਹਿੰਦੇ ਨਾਮ ਨਾ ਜਪੇ ਅਤੇ ਆਤਮ ਘਾਤੀ। ਕਹਿੰਦੇ ਪਿਆਰਿਆ ਤੂੰ ਨਾਮ ਨਹੀਂ ਜਪਦਾ ਇਸ ਦੇਹ ਦੇ ਨਾਲ, ਸਮਝ ਲਾ ਤੂੰ ਆਤਮ ਘਾਤੀ ਹੈ, ਆਪਣੇ ਆਪ ਨੂੰ ਘਾਤ ਲਾ ਰਿਹਾ, ਖਤਮ ਕਰ ਰਿਹਾ। ਅਤੇ ਜਿਹੜਾ ਆਤਮ ਘਾਤੀ ਹੁੰਦਾ ਨਾ ਆਪਣੇ ਆਪ ਦੀ ਬਰਬਾਦੀ ਕਰੇ, ਜੋ ਅੱਜ ਦੁਨੀਆ ਵਿੱਚ ਆਪਾਂ ਬਹੁਤ ਆਤ ਗਿਣਤੀ ਵੇਖਦੇ ਹਾਂ, ਆਪਣੇ ਆਪ ਨੂੰ ਸਰੀਰ ਨੂੰ ਖਰਾਬ ਕਰਦੇ, ਆਪਣੇ ਆਪ ਨੂੰ ਖਾਤਮਾ ਕਰਦੇ। ਆਦੇ ਮਨੁੱਖਾ ਜਨਮ ਮਰਸ਼ਾ ਮਿਲੀ ਹੈ ਅਤੇ ਇਹਦੀ ਬਰਬਾਦੀ ਕਰ ਛੱਡੀ ਅੱਜ ਅਸੀਂ, ਅਤੇ ਅੱਜ ਗੁਰੂ ਪਿਆਰਿਓ ਬੜੇ ਦੁਨੀਆ ਆ ਦੁਨੀਆ ਦੇ ਵਿੱਚ ਮਾੜੀ ਮੋਟੀਆਂ ਗੱਲਾਂ 'ਤੇ ਫਾਹੇ ਲੈ ਰਹੀ ਆ ਦੁਨੀਆ, ਬੜਾ ਕੁਛ ਹੋ ਰਿਹਾ।
ਪਰ ਬਾਣੀ ਨਾਲ ਜੇ ਕਿਤੇ ਜੁੜਾਂਗੇ, ਸਤਿਗੁਰੂ ਜੀ ਸਾਨੂੰ ਦੱਸਦੇ ਆ, ਜਿਹੜਾ ਆਤਮਘਾਤੀ ਹੁੰਦਾ ਨਾ, ਭਾਵੇਂ ਉਹ ਸੰਸਾਰ ਵਿੱਚ ਕੋਈ ਉਹਨੇ ਕਦੇ ਕੋਈ ਮਾੜਾ ਕਰਮ ਨਾ ਕੀਤਾ ਹੋਵੇ, ਕਦੇ ਵੀ ਕਿਸੇ ਦਾ ਮਾੜਾ ਨਾ ਕੀਤਾ ਹੋਵੇ, ਪਰ ਪਾਤਸ਼ਾਹ ਕੀ ਕਹਿੰਦੇ ਆ, ਆਤਮਘਾਤੀ ਜਗਤ ਕਸਾਈ, ਕਹਿੰਦੇ ਜਿਹੋ ਜਿਹਾ ਜਗਤ ਵਿੱਚ ਰਹਿ ਕੇ ਸਾਰੀ ਜ਼ਿੰਦਗੀ ਕਸਾਈ ਬਣਾ ਕਰ ਲਿਆ। ਕਸਾਈ ਕੌਣ ਹੁੰਦੇ ਆ? ਜਿਹੜੇ ਜੀਵਾਂ ਦੀ ਹੱਤਿਆ ਕਰਦੇ ਆ। ਅਤੇ ਪਾਤਸ਼ਾਹ ਕਹਿੰਦੇ ਜਿਹੋ ਜਿਹਾ ਆਪਣੇ ਆਪ ਨੂੰ ਖਤਮ ਕਰ ਲਿਆ, ਜਿਹੋ ਜਿਹਾ ਸਾਰੀ ਜ਼ਿੰਦਗੀ ਜੀਵਾਂ ਦੀ ਹੱਤਿਆ ਕਰ ਲਈ, ਵੀ ਐਡਾ ਪਾਪੀ ਹੈ ਜਿਹੜਾ ਆਪਣੇ ਆਪ ਆਹ ਮਨੁੱਖਾਂ ਦੇ ਮਸੀਹ ਮਿਲੀ ਮਾਲਕ ਬਣੋ, ਅਤੇ ਇਹਨੂੰ ਨਾ ਸਮਝਿਆ ਜੇ ਅਸੀਂ ਇਹਨੂੰ ਵਿਸ਼ੇ ਵਿਕਾਰਾਂ ਨਸ਼ਿਆਂ ਵਿੱਚ ਉੱਦਾਂ ਹੀ ਗੁਲਤਾਨ ਕਰ ਛੱਡਿਆ। ਪਾਤਸ਼ਾਹ ਕਹਿੰਦੇ ਸਮਝੋ ਭਾਈ, ਭਾਵੇਂ ਲੱਖ ਕਹਿੰਦਾ ਰਹੇ ਵੀ ਮੇਰਾ ਮਨ ਸਾਹਿਬ ਜੀ, ਮੈਂ ਕਦੇ ਮਾੜਾ ਨਹੀਂ ਕਰਦਾ, ਕਿਸੇ ਦਾ ਮਾੜਾ ਨਹੀਂ ਕੀਤਾ, ਬੜੀ ਦੁਨੀਆ ਕਹਿੰਦੀ ਹੈ, ਬੜੇ ਕਹਿਣਗੇ ਵੀ ਕੀ ਗੱਲ ਹੈ ਜੀ, ਅਸੀਂ ਜੇ ਬਾਣੀ ਨਹੀਂ ਪੜ੍ਹਦੇ, ਕਹਿੰਦੇ ਸਾਡਾ ਮਨ ਬਹੁਤ ਸਾਫ ਹੈ, ਅਸੀਂ ਕਹਿੰਦੇ ਕਿਸੇ ਦਾ ਮਾੜਾ ਨਹੀਂ ਕਦੇ ਸੋਚਿਆ, ਮਨ ਸਾਫ ਹੈ। ਅਤੇ ਪਰ ਪਾਤਸ਼ਾਹ ਕੀ ਕਹਿੰਦੇ ਆ, ਵੀ ਇਹ ਪਿਆਰਿਆ, ਜੇ ਤੂੰ ਆਪਣੇ ਆਪ ਨੂੰ ਨਹੀਂ ਸੰਭਾਲਿਆ, ਆਪਣੀ ਬਰਬਾਦੀ ਕਰ ਲਈ, ਕਾਹਦੀ ਸਫਾਈ ਹੈ ਤੇਰੀ, ਕਾਹਦਾ ਨਹੀਂ ਤਾਂ ਮਾੜਾ ਕੀਤਾ, ਤਾਂ ਆਪਣੇ ਆਪ ਨੂੰ ਬਰਬਾਦ ਕਰ ਦਿੱਤਾ। ਮੇਰੇ ਮਾਲਕ ਨੇ ਇੰਨਾ ਸੋਹਣਾ ਸਰੀਰ ਦਿੱਤਾ ਤੈਨੂੰ, ਇਹ ਪੁੰਨ ਵਿੱਚ ਦਿੱਤਾ। ਪਾਤਸ਼ਾਹ ਜੀ ਕਹਿੰਦੇ ਦੁਰਲੱਭ ਜਨਮ ਪੁੰਨ ਫਲ ਪਾਇਓ, ਪੁੰਨ ਵਿੱਚ ਮਿਲਿਆ, ਮੇਰੇ ਮਾਲਕ ਨੇ ਕਿਰਪਾ ਕੀਤੀ, ਦਾਨ ਵਿੱਚ ਦਿੱਤਾ ਕਹਿ ਲਈ ਆਪਾਂ, ਪਰ ਅਸੀਂ ਕੀ ਕੀਤਾ? ਪਾਤਸ਼ਾਹ ਜੀ ਕਹਿੰਦੇ ਅਸੀਂ ਐਵੇਂ ਗਵਾਚਤਾ, ਬਿਰਥਾ ਜਾਤ ਅਵਿਵੇਕ ਹੈ, ਵੀ ਇਹਨੇ ਵਿਵੇਕ ਨਹੀਂ ਲਿਆ। ਵਿਵੇਕ ਗਿਆਨ ਨੂੰ ਕਹਿੰਦੇ ਆ, ਅਵਿਵੇਕ ਅਗਿਆਨ ਨੂੰ ਕਹਿੰਦੇ ਆ। ਹੁਣ ਗਿਆਨ ਜੇ ਗੁਰੂ ਸਾਹਿਬ ਨਾਲ ਜੁੜਾਂਗੇ ਤਾਂ ਮਿਲੇਗਾ। ਪਾਤਸ਼ਾਹ ਕਹਿੰਦੇ ਭਾਈ, ਭਾਈ ਦੇ ਗੁਰਬਿਨ ਗਿਆਨ ਨਾ ਹੋਏ। ਗਿਆਨ ਲੈਣਾ ਤਾਂ ਗੁਰੂ ਦੀ ਲੋੜ ਹੈ, ਸਤਿਗੁਰੂ ਦੀ ਬਾਣੀ ਨਾਲ ਜੁੜਨਾ ਪਊਗਾ। ਅਤੇ ਪਾਤਸ਼ਾਹ ਕਹਿੰਦੇ ਇਹਨੇ ਜੁੜਿਆ ਨਹੀਂ, ਇਹ ਕਹਿੰਦਾ ਉੱਦਾਂ ਮਨ ਸਾਫ ਬਹੁਤ ਆ, ਮੈਂ ਕਿਸੇ ਦਾ ਮਾੜੀ ਨਹੀਂ ਕਰਦਾ। ਕੀ ਹੈ? ਕਹਿੰਦੇ ਬਾਣੀ ਨਹੀਂ ਪੜ੍ਹੀ, ਫੇਰ ਕੀ ਹੈ? ਕੀ ਹੈ? ਸੰਗਤ ਨਹੀਂ ਕੀਤੀ। ਅਤੇ ਇਸੇ ਕਰਕੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਵੀ ਇਹ ਪਿਆਰਿਆ, ਇਹ ਜਨਮ ਨੂੰ ਸਮਝਣਾ ਕਰ ਆਪਣੇ ਨੂੰ, ਕਿੱਡਾ ਕੀਮਤੀ ਹੈ, ਐਵੇਂ ਗਵਾਈ ਜਾਂਦਾ ਹੈ, ਕੋਈ ਕਿਸੇ ਪ੍ਰਕਾਰ ਨਾਲ ਗਵਾਉਂਦਾ, ਕੋਈ ਕਿਸੇ ਪਰਿਵਾਰ ਨਾਲ ਆਪਣੀਆਂ ਬਰਬਾਦੀਆਂ ਕਰਦਾ ਹੈ, ਪਰ ਇੱਥੇ ਵੀ ਬਹੁਤ ਆਤ ਗਿਣਤੀ ਜ਼ਿੰਦਗੀ ਦੀ ਹੈ। ਉਹ ਕਹਿੰਦੇ ਕੋਈ ਨਹੀਂ ਜੀ, ਅਸੀਂ ਭਾਈ ਕਿਸੇ ਦਾ ਮਾੜਾ ਨਹੀਂ ਕਰਦੇ, ਆਪਣੀ ਜ਼ਿੰਦਗੀ ਵਧੀਆ ਜਿਉਂਦੇ ਹਾਂ। ਕਿਵੇਂ ਜਿਉਂਦੇ ਹਾਂ? ਬਾਬਾ ਜੀ ਕਹਿੰਦੇ ਬਸ ਰਾਤਰੀ ਸੌਂ ਕੇ ਲਗਾ ਦਿੰਦੇ ਆ, ਦਿਨੇ ਖਾਣ ਪਾਣਾ 'ਚ ਲਗਾ ਦਿੰਦੇ, ਆਹੀ ਕੁਛ ਫੇਰ ਹੈ। ਅਤੇ ਇਸੇ ਕਰਕੇ ਵੀ ਪਾਤਸ਼ਾਹ ਨੇ ਇਹ ਵੀ ਬਚਨ ਕੀਤੇ ਆ, ਸਾਹਿਬ ਜੀ ਕਹਿੰਦੇ ਆ, ਰਹਿਣ ਗਵਾਈ ਸੋ ਇੱਕ ਹੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਕੀਮਤ ਨਹੀਂ ਜਾਣੀ, ਸਮਝ ਨਹੀਂ ਆਈ ਸਾਨੂੰ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਮਾਲਕ ਨੇ ਭਾਈ ਸਾਨੂੰ ਪੈਦਾ ਕੀਤਾ ਉਹਨੂੰ ਪਤਾ, ਤਦੇ ਵਾਰ ਵਾਰ ਬਾਣੀ ਵਿੱਚ ਕਹਿ ਰਹੇ ਨੇ ਪਾਤਸ਼ਾਹ, ਓਏ ਪਿਆਰਿਆ ਤੈਨੂੰ ਹੀਰੇ ਵਰਗਾ ਜਨਮ ਮਿਲਿਆ, ਉਹ ਭਾਈ ਤੈਨੂੰ ਦੁਰਲੱਭ ਜਨਮ ਮਿਲਿਆ, ਐ ਭਰਾਵਾ ਤੈਨੂੰ ਇਹ ਸੋਹਣਾ ਜਨਮ ਮਿਲਿਆ, ਇਹਦੇ ਰਾਹੀਂ ਤੂੰ ਮਾਲਕ ਤਾਈਂ ਪਹੁੰਚ ਸਕਦਾ। ਦੇ ਤੇਜਣ ਜੀ ਜਿੱਤ ਚੜ੍ਹ ਪਾਇਆ ਰਾਮ, ਇਹ ਵੀ ਵਚਨ ਪੜ੍ਹਦੇ ਹਾਂ ਵੀ ਆ ਦੇ ਸਰੀਰ ਮਨੁੱਖਾ ਜੰਮ ਇੱਕ ਤੇਜਣ, ਤੇਜਣ ਘੋੜੀ ਨੂੰ ਕਿਹਾ ਗਿਆ ਵੀ ਚੰਗੀ ਘੋੜੀ ਹੈ, ਵਹੀਕਲ ਹੈ ਤੇਰਾ, ਇਹਦੇ ਚੜ੍ਹ ਕੇ ਤੂੰ ਰਮੇ ਹੋਏ ਰਾਮ ਪਰਮਾਤਮਾ ਵਾਹਿਗੁਰੂ ਨੂੰ ਪਾ ਸਕਦਾ। ਕਿਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਭਾਈ, ਭਈ ਪ੍ਰਾਪਤ ਮਾਨੁਕ ਦਿਹਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ਕਿੰਨੇ ਵਚਨ ਪਾਏ ਸਾਨੂੰ ਮਾਲਕ ਨੇ, ਇਹ ਕਿਰਪਾ ਕੀਤੀ ਹੈ। ਭਾਵ ਜੇ ਸਮਝਾਂਗੇ ਭਾਈ ਫਿਰ ਕਿਰਪਾ ਹੋ ਸਕਦੀ ਹੈ।
ਅਤੇ ਨਹੀਂ ਤਾਂ ਫਿਰ ਜਦੋਂ ਪਰਖਣਾ ਮੇਰੇ ਵਾਹਿਗੁਰੂ ਨੇ ਵੇਖਣਾ ਵੀ ਤੈਨੂੰ ਮਨੁੱਖਾ ਜਨਮ ਦਿੱਤਾ ਸੀ ਭਾਈ ਕੀ ਖੱਟਿਆ। ਫਿਰ ਜਦੋਂ ਹੋਵੇਗਾ ਕਿ ਨਾ ਜੋ ਵਚਨ ਆਪਾਂ ਪੜ੍ਹਦੇ ਹਾਂ, ਚਲੋ ਸਤਾਬ ਦੀਵਾਨ ਬੁਲਾਇਆ ਹਰ ਪਰਮਾਨ ਦਰਗਾਹ ਕਾ ਆਇਆ, ਜੋ ਚ ਵਚਨ ਆਪਾਂ ਪੜ੍ਹਦੇ ਹਾਂ, ਕਿਆ ਤੂੰ ਖੱਟਿਆ ਕਹਾਂ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ, ਵੀ ਲੈ ਭਾਈ ਚੱਲ ਹੁਣ ਤੇਰੀ ਪੇਸੀ ਹੈ, ਤੈਨੂੰ ਪੁੱਛਿਆ ਜਾਣਾ ਵੀ ਤੂੰ ਸੰਸਾਰ 'ਤੇ ਆਇਆ ਸੀ, 10, 20, 50 ਜਾਂ 100 ਸਾਲ ਇੱਥੇ ਵਰਤਣਾ ਕੀਤਾ, ਰਹਿਣਾ ਕੀਤਾ, ਚੱਲ ਹੁਣ ਦੱਸ ਵੀ ਇੰਨੇ ਸਮੇਂ 'ਚ ਤੂੰ ਖੱਟੀ ਕੀ ਖੱਟੀ ਹੈ, ਤੂੰ ਗਵਾਇਆ ਕੀ ਹੈ, ਪੁੱਛਿਆ ਜਾਣਾ। ਪਰ ਇੱਥੇ ਕੀ ਹੈ ਗੁਰੂ ਪਿਆਰਿਓ, ਪਰ ਅਸੀਂ ਤਾਂ ਗਵਾ ਰਹੇ ਹਾਂ, ਕੋਈ ਵਿਰਲੇ ਜਿਨ੍ਹਾਂ 'ਤੇ ਗੁਰੂ ਦੀ ਰਹਿਮਤ ਹੈ, ਗੁਰਮੁਖ ਪਿਆਰੇ ਆ, ਉਹ ਲਾਹਾ ਲੈਂਦੇ ਆ, ਨਹੀਂ ਤਾਂ ਮਨਮੁੱਖ ਮਨਾਈਆਂ ਕਰਨ ਵਾਲੇ ਤਾਂ ਉਹ ਸਭ ਕੋ ਗਵਾ ਕੇ ਜਾ ਰਹੇ ਨੇ। ਪਾਤਸ਼ਾਹ ਜੀ ਇਹ ਵਚਨ ਕਰਦੇ ਨੇ, ਸਾਹਿਬ ਕਹਿੰਦੇ ਗੁਰਮੁਖ ਲਾਹ ਲੈ ਗਈ, ਮਨਮੁੱਖ ਚੱਲੇ ਮੂਲ ਗਵਾਏ ਜੀ, ਉਹ ਵੀ ਸਭ ਕੁਝ ਗਵਾ ਕੇ ਚੱਲੇ ਜਵਾਰੀ, ਦੋਏ ਹੱਥ ਝਾੜ ਕੇ ਚੱਲੇ ਪਾਤਸ਼ਾਹ ਕਹਿੰਦੇ ਜਵਾਰੀ ਜੂਏ ਵਿੱਚ, ਜੂਏ ਜਨਮ ਨਾ ਹਾਰੀਏ, ਕਿੰਨੇ ਵਚਨ ਸਤਿਗੁਰਾਂ ਨੇ ਬਾਣੀ ਦੇ ਵਿੱਚ ਕੀਤੇ ਨੇ ਸਾਨੂੰ ਸਮਝਾਉਣ ਲਈ, ਵੀ ਵੇਖੀ ਕਿਤੇ ਪਿਆਰਿਆ ਐਵੇਂ ਨਾ ਹਾਰ ਕੇ ਨਾ ਬਾਗ ਜੀ, ਕੋਈ ਲਾਹਾ ਲੈ ਲੈ, ਕੋਈ ਖੱਟੀ ਖੱਟ ਲੈ, ਕੋਈ ਚੰਗਾ ਕਰਮ ਕਰ ਲੈ, ਕੋਈ ਕਿਸੇ ਜੀਵ 'ਤੇ ਦਇਆ ਕਰ ਲੈ, ਸਭ ਤੋਂ ਪਹਿਲਾਂ ਆਪਣੇ ਆਪ 'ਤੇ ਕਰਨੀ ਹੈ। ਪਾਤਸ਼ਾਹ ਜੀ ਰਹਿਮਤ ਕਰਦੇ ਆ, ਸਾਨੂੰ ਸਮਝਾਉਂਦੇ ਆ ਵੀ ਇਹ ਪਿਆਰਿਆ ਆਪਣੀ ਜਿੰਦ 'ਤੇ ਦਇਆ ਕਰ, ਕਿਉਂਕਿ ਕੋਈ ਵੀ ਕਰਮ ਹੈ ਗੁਰੂ ਪਿਆਰਿਓ, ਜਿੰਨਾ ਚਿਰ ਅਸੀਂ ਆਪਣੇ ਆਪ 'ਤੇ ਲਾਗੂ ਨਹੀਂ ਕਰਦੇ, ਦੂਜੇ ਨੂੰ ਸਮਝਾ ਨਹੀਂ ਸਕਦੇ, ਜਿੰਨਾ ਚਿਰ ਆਪਦੇ ਕੋਲ ਸਿੱਖਿਆ ਨਹੀਂ ਦੂਜੇ ਨੂੰ ਕੀ ਦੱਸਾਂਗੇ, ਜਿੰਨਾ ਚਿਰ ਆਪ ਨਹੀਂ ਕੁਝ ਵੇਖਿਆ ਤਾਂ ਰਾਹ ਕਿਵੇਂ ਦੱਸਾਂਗੇ ਵੀ ਆਹ ਫਲਾਣੀ ਥਾਂ ਨੂੰ ਰਾਹ ਜਾਂਦਾ, ਉੱਥੇ ਆਹ ਬਸਤਾ ਨਹੀਂ। ਇਸੇ ਕਰਕੇ ਆਓ ਆਪਾਂ ਕੋਸ਼ਿਸ਼ ਕਰਨੀ ਹੈ ਸਾਰਿਆਂ ਨੇ ਗੁਰੂ ਕੀ ਬਾਣੀ ਤੋਂ ਸਿੱਖਿਆ ਲਈਏ, ਅਤੇ ਸਿੱਖਿਆ ਲੈ ਕੇ ਜਿੰਨਾ ਕੁ ਹੋ ਸਕੇ ਗੁਰੂ ਨਾਨਕ ਦਰ ਦੇ ਪ੍ਰਚਾਰਕ ਬਣੀਏ, ਕਿਉਂਕਿ ਗੁਰਸਿੱਖਾਂ ਨੂੰ ਮੇਰੇ ਮਾਲਕ ਨੇ ਆਖਣਾ ਕੀਤਾ ਆਪ ਜਪੇ ਆਪਣਾ ਨਾਮ ਜਪਾਵੇ, ਵੀ ਆਪ ਵੀ ਜਪੋ ਭਾਈ, ਅੱਗੇ ਵੀ ਜਪਾਉਣਾ ਕਰੋ, ਹਰ ਇੱਕ ਗੁਰਸਿੱਖ ਨੂੰ ਮੇਰੇ ਮਾਲਕ ਨੇ ਪ੍ਰਚਾਰਕ ਬਣਾਇਆ। ਪਰ ਅੱਜ ਦੌਰ ਹੋਰ ਹੈ, ਅੱਜ ਅਸੀਂ ਕਹਿੰਦੇ ਵੀ ਲੈ ਭਾਈ ਜਿਹੜਾ ਗੁਰੂ ਘਰ ਕੰਮ ਕਰਦਾ ਉਹੀ ਪ੍ਰਚਾਰ ਉਹਦਾ ਹੀ ਹੱਕ ਬਣਦਾ, ਅੱਜ ਅਸੀਂ ਥੋਪ ਦੇ ਇੱਦਾਂ ਹੀ ਆ ਕਹਿੰਦਾ ਕਹਿੰਦੇ ਵੀ ਸਾਡੇ ਪ੍ਰਚਾਰਕ ਨਹੀਂ ਜੀ ਕੰਮ ਕਰਦੇ, ਸਾਡੇ ਗ੍ਰੰਥੀ ਸਿੰਘ ਨਹੀਂ ਜੀ ਕੰਮ ਕਰਦੇ, ਪਰ ਪਾਤਸ਼ਾਹ ਨੇ ਤਾਂ ਇਹ ਆਖਣਾ ਕੀਤਾ ਵੀ ਘਰ ਘਰ ਵਿੱਚੋਂ ਭਾਈ ਧਰਮ ਦੀ ਗੱਲ ਹੋਵੇ, ਘਰ ਘਰ ਵਿੱਚੋਂ ਗੁਰੂ ਬਾਬਾ ਜੀ ਦੇ ਬਚਨ ਆਪਾਂ ਭਾਈ ਗੁਰਦਾਸ ਜੀ ਨੇ ਇਹ ਮਿਹਰ ਕੀਤੀ ਹੈ, ਘਰ ਘਰ ਅੰਦਰ ਧਰਮ ਛਾਲ ਕੀਰਤਨ ਹੋਵੇ ਸਦਾ ਬਿਸ਼ੋਆ, ਘਰ ਘਰ ਦੇ ਵਿੱਚੋਂ ਧਰਮ ਦੀ ਗੱਲ ਹੋਣੀ ਚਾਹੀਦੀ ਹੈ, ਕਰਨੀ ਚਾਹੀਦੀ ਹੈ, ਤਦ ਆਓ। ਪਰ ਇਹ ਕਰਮ ਕਰਨਾ ਪਏਗਾ ਜੋ ਪਾਤਸ਼ਾਹ ਕਹਿੰਦੇ ਪ੍ਰਥਮ ਹੈ ਮਨ ਪ੍ਰਬੋਧ ਹੈ ਆਪਣਾ ਪਾਸੇ ਅਬਰ ਰਧਾਵੇ, ਕਹਿੰਦੇ ਪਹਿਲਾਂ ਭਾਈ ਕੋਸ਼ਿਸ਼ ਕਰ ਆਪ ਆਪਣੇ ਮਨ ਨੂੰ ਸਮਝਾ, ਗੁਰੂ ਕੀ ਬਾਣੀ ਨਾਲ ਜੁੜ, ਅਤੇ ਅੱਗੇ ਫਿਰ ਤੂੰ ਹੋਰ ਰਧਾਵੇ ਦਾ ਭਾਵ ਹੈ ਵੀ ਅੱਗੇ ਤੂੰ ਫਿਰ ਵਰਤਾ ਸਕਦਾ ਹੈ। ਪਰ ਅੱਜ ਸਾਡੇ ਕੋਲ ਕੁਛ ਨਹੀਂ, ਅਤੇ ਅੱਗੇ ਕੀ ਵਰਤਾਈਏ, ਪੁਰਾਤਨ ਇਤਿਹਾਸ ਆਪਾਂ ਪੜ੍ਹਦੇ ਹਾਂ, ਆਪ ਕੇ ਆਪ ਆਰੰਭ ਤਾਂ ਹੀ ਹੈ ਮਹੀਨੇ ਦੀ ਗੁਰੂ ਪਿਆਰਿਓ, ਗੁਜਰ ਕੌਰ ਮਾਤਾ ਜੀ ਸਾਡੇ ਸਤਿਕਾਰ ਜੋ ਕਿਵੇਂ ਉਹਨਾਂ ਨੇ ਸਿੱਖਿਆ ਦਿੱਤੀ, ਪਾਤਸ਼ਾਹ ਨੇ ਇਹ ਕਿਰਪਾ ਕੀਤੀ, ਭਾਵ ਜੋ ਵੀ ਪ੍ਰੈਕਟੀਕਲ ਰੂਪ ਦੇ ਵਿੱਚ ਸਾਡੇ ਸਾਹਮਣੇ ਇਤਿਹਾਸ ਸਤਿਗੁਰਾਂ ਨੇ ਰਚਨਾ ਕੀਤਾ ਇਹ ਸਾਡੀ ਸਿੱਖਿਆ ਲਈ ਹੈ ਭਾਈ।
ਵੀ ਇਉਂ ਇਉਂ ਕਰਕੇ ਸਾਨੂੰ ਕਰਮ ਕਰਨੇ ਚਾਹੀਦੇ ਹੈ। ਪੁਰਾਤਨ ਸਮਿਆਂ ਦੇ ਵਿੱਚ ਕਿਹਾ ਜਾਂਦਾ ਸੀ ਦਾਦੀ ਮਾਂ ਦੀਆਂ ਬਾਤਾਂ, ਭਾਵ ਕਿ ਲੈਸਨ ਵੀ ਐਸੇ ਸਕੂਲਾਂ ਵਿੱਚ ਵੀ ਚੈਪਟਰ ਪਾਠ ਪੜ੍ਹਾਏ ਜਾਂਦੇ ਸੀ, ਲਿਖੇ ਹੋਏ ਇਹੋ ਜਿਹੀਆਂ ਕਿਤਾਬਾਂ। ਪਰ ਅੱਜ ਜੇ ਅੱਜ ਦਾ ਆਪਾਂ ਪੜ੍ਹਨਾ ਕਰੀਏ ਗੁਰੂ ਪਿਆਰਿਓ ਜੋ ਪੜ੍ਹਾਈ ਹੈ ਉਹਦੇ ਵਿੱਚੋਂ ਵੀ ਐਸੀਆਂ ਬਾਤਾਂ ਨਹੀਂ ਮਿਲਦੀਆਂ, ਕਿਉਂਕਿ ਉਹ ਸਭ ਕੁਛ ਓਡੀ ਉਡਾਰੀ ਵੀ ਮਾਰ ਗਿਆ ਹੈ। ਆਓ ਆਪਾਂ ਕੋਸ਼ਿਸ਼ ਕਰੀਏ ਸਤਿਗੁਰੂ ਦੀ ਸੋਚ ਨੂੰ ਲੈ ਕੇ ਆਈਏ, ਉਹ ਚੰਗੀਆਂ ਸੋਚਾਂ ਬਣਾਈਏ, ਤਾਂ ਤੇ ਸਾਡਾ ਜਿਹੜਾ ਇਹ ਆਉਣ ਵਾਲਾ ਭਵਿੱਖੀ ਕਹਿ ਲਈਏ ਸਵਰ ਜਾਏ, ਸਾਡੀ ਆਉਣ ਵਾਲੀ ਜਰਨੇਸ਼ਨ ਹੈ ਜਿਹੜੀ ਸਵਰ ਜਾਏ। ਕੋਸ਼ਿਸ਼ ਕਰੀਏ ਇੱਕ ਦੋ ਚਾਰ ਨਾਲ ਨਹੀਂ ਗੱਲ ਬਣਨੀ, ਭਾਵ ਕਿ ਸਾਨੂੰ ਸਾਰਿਆਂ ਨੂੰ ਇਹ ਹੰਬਲਾ ਮਾਰਨਾ ਪਵੇਗਾ, ਸਤਿਗੁਰੂ ਕਿਰਪਾ ਕਰਨ। ਨਹੀਂ ਤਾਂ ਫਿਰ ਜੋ ਸਤਿਗੁਰੂ ਜੀ ਕਿਰਪਾ ਕਰਦਿਆਂ ਸਮਝਾਉਂਦੇ ਨੇ ਵੀ ਉਸ ਮੇਰੇ ਮਾਲਕ ਨੇ ਸਾਨੂੰ ਪੈਦਾ ਕੀਤਾ, ਭਾਈ ਸੰਸਾਰ 'ਤੇ ਅਸੀਂ ਆਏ ਹਾਂ, ਮਾਲਕ ਨੇ ਤਾਂ ਭਲੇ ਲਈ ਸਾਨੂੰ ਪੈਦਾ ਕੀਤਾ, ਵੀ ਸੰਸਾਰ ਵਿੱਚ ਪਿਆਰ ਵਧਾਵੋ ਭਾਈ, ਸੋਹਣੇ ਤਰੀਕੇ ਨਾਲ ਰਹੋ। ਪਰ ਜੇ ਅਸੀਂ ਉਹਨਾਂ ਗੱਲਾਂ ਨੂੰ ਭੁੱਲ ਗਏ ਤਾਂ ਫਿਰ ਸਾਡਾ ਜੀਵਨ ਬੇਅਰਥ ਹੀ ਜਾਏਗਾ, ਕਿਸੇ ਅਰਥ ਨਹੀਂ ਲੱਗੇਗਾ। ਇਸੇ ਕਰਕੇ ਪਾਤਸ਼ਾਹ ਕਹਿੰਦੇ ਜਿਹਨੇ ਪੈਦਾ ਕੀਤਾ ਸਾਨੂੰ ਸੰਸਾਰ ਵਿੱਚ ਰਚਨਾ ਕੀਤਾ ਉਹ ਮੇਰਾ ਮਾਲਕ ਭਾਈ, ਹਿਸਾਬ ਕਿਤਾਬ ਵੀ ਰੱਖਦਾ ਹੈ, ਪੁੱਛ ਦੱਸ ਵੀ ਕਰਦਾ ਹੈ, ਪੁੱਛ ਦੱਸ ਵੀ। ਤਦੇ ਤਾਂ ਪਾਤਸ਼ਾਹ ਨੇ ਆਖਣਾ ਕੀਤਾ ਕਿ ਨਾ ਵੀ ਫਿਰ ਮਾਰਾ ਹੀ ਨੇ ਭਾਈ, ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਚੋਟਾ ਖਾਏਗਾ। ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ। ਫਿਰ ਦਸ ਪਾਤਸ਼ਾਹ ਕਹਿੰਦੇ ਕਿਹੜੇ ਮੁੱਖ ਦੇ ਨਾਲ ਭਾਈ ਤੂੰ ਅੱਗੇ ਹੋਵੇਗਾ ਪਾਤਸ਼ਾਹ ਦੇ। ਇਸੇ ਕਰਕੇ ਆਪੇ ਆਪ ਉਪਾਏ ਬਿਗਸੈ, ਉਹਨੇ ਪੈਦਾ ਕੀਤਾ ਉਹ ਤਾਂ ਮਾਲਕ ਖੁਸ਼ੀਆਂ ਹੀ ਵੰਡ ਰਿਹਾ, ਹਮੇਸ਼ਾ ਹੀ ਬਿਗਸ ਵਿੱਚ ਹੀ ਹੈ, ਵਿਕਾਸ ਦਾ ਭਾਵ ਦਾ ਖੇੜੇ ਵਿੱਚ ਉਹ ਵੇਖਦਾ ਆਪੇ ਕੀਮਤ ਪਾਏਂਦਾ, ਆਪੇ ਕਦਰ ਕੀਮਤ ਪਾਉਂਦਾ ਭਾਈ ਗੁਣਾਂ ਦੇ ਨਾਲ ਨਾ। ਅੱਗੇ ਪਾਤਸ਼ਾਹ ਜੀ ਕਹਿ ਰਹੇ ਨੇ ਨਾ ਸੁੱਚ ਸੰਜਮ ਤੁਲਸੀ ਮਾਲਾ, ਗੋਪੀ ਕਾਨ ਨਾ ਗਊ ਗਵਾਲਾ, ਤੰਤ ਮੰਤ ਪਖੰਡ ਨਾ ਕੋਈ, ਨਾ ਕੋ ਵੰਸ਼ ਵਜਾਈਂਦਾ। ਪਾਤਸ਼ਾਹ ਜੀ ਕਹਿੰਦੇ ਨਾ ਸੁੱਚ ਸੰਜਮ ਤੁਲਸੀ ਮਾਲਾ, ਕਹਿੰਦੇ ਪਿਆਰਿਓ ਪਹਿਲਾਂ ਆ ਰਚਤ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੋਈ ਸੁੱਚਮ ਨਹੀਂ ਸੀ, ਕੋਈ ਸੰਜਮ ਨਹੀਂ ਸੀ, ਕੋਈ ਮਾਲਾ ਨਹੀਂ ਚੜ੍ਹਾਈਆਂ ਜਾਂਦੀਆਂ, ਕੋਈ ਤੁਲਸੀ ਆਦਿ ਦੀ ਪੂਜਾ ਕੁਛ ਵੀ ਨਹੀਂ ਸੀ। ਪਾਤਸ਼ਾਹ ਕਹਿੰਦੇ ਗੋਪੀ ਕਾਨ ਨਾ ਗਊ ਗਵਾਲਾ, ਕਹਿੰਦੇ ਕੁਝ ਵੀ ਨਹੀਂ ਸੀ ਭਾਈ, ਉਹ ਸੱਚਾ ਸੱਚ ਹੀ ਸੀ ਪਰਮਾਤਮਾ ਹੀ, ਅਕਾਲ ਪੁਰਖ ਵਾਹਿਗੁਰੂ, ਅਤੇ ਉਹ ਸੱਚ ਹੈ ਜਿਹੜਾ ਉਹ ਸਦੀਵੀ ਹੈ, ਅਤੇ ਉਹ ਸੱਚ ਤੋਂ ਬਿਨਾਂ ਆਹ ਜਿੰਨੇ ਸੰਜਮ ਆਦਿ ਕਰਦਿਆਂ ਜੋ ਕੁਝ ਵੀ ਕਰਦਿਆਂ ਕਿ ਨਾ, ਇੱਥੇ ਪਾਤਸ਼ਾਹ ਜੋ ਅੱਗੇ ਕਹਿੰਦੇ ਗੋਪੀ ਕਾਨ ਨਾ ਗਊ ਗਵਾਲਾ ਵੀ ਕੁਛ ਵੀ ਨਹੀਂ ਸੀ, ਤੰਤ ਮੰਤ ਪਖੰਡ ਨਾ ਕੋਈ, ਕੋਈ ਪਖੰਡ ਨਹੀਂ ਸੀ, ਕੋਈ ਡੰਭ ਨਹੀਂ ਸੀ। ਭਾਵ ਅੱਜ ਤਾਂ ਇੱਦਾਂ ਹੀ ਸੁੱਚਮ ਦੇ ਉੱਤੇ ਹੀ ਬੜੇ ਪਖੰਡ ਨੇ, ਜੇ ਆਪਾਂ ਬਾਣੀ ਪੜ੍ਹੇ ਹਾਂ, ਵੈਸੇ ਤਕਰੀਬਨ ਸੰਗਤ ਸਾਰੀ ਪੜ੍ਹਨ ਵਾਲੀ ਆਪਾਂ ਪੜ੍ਹ ਰਹੇ ਹਾਂ, ਸੁਖਮਨੀ ਸਾਹਿਬ ਦੇ ਜਾਪ ਵਿੱਚ ਹੀ ਪਾਤਸ਼ਾਹ ਕਹਿ ਰਹੇ ਨੇ ਸਾਹਿਬ ਕੀ ਕਹਿੰਦੇ ਬਿਰਥੀ ਸਾਕਤ ਕੀ ਆਰਜਾ, ਸਾਚ ਬਿਨਾਂ ਕਿ ਹੋਬਤ ਸੁੱਚਾ। ਕਹਿੰਦੇ ਦੱਸੋ ਭਾਈ ਸੱਚ ਤੋਂ ਬਿਨਾਂ ਕੋਈ ਸੁੱਚਾ ਹੈ ਕੋਈ? ਜੇ ਕੋਲੇ ਸੱਚ ਨਹੀਂ ਹੈ ਤਾਂ ਸੱਚ ਤੋਂ ਬਿਨਾਂ ਕਿਸੇ ਹਿਸਾਬ ਨਾਲ ਕੋਈ ਸੁੱਚਾ ਹੋ ਸਕਦਾ ਹੈ? ਪਰ ਆਪਾਂ ਤਾਂ ਕਹਿੰਦੇ ਹਾਂ ਵੀ ਹਾਂ ਹੋ ਸਕਦਾ, ਉਹ ਇਸ਼ਨਾਨ ਕਰ ਲਿਆ ਜੀ ਸੁੱਚੇ ਹੋ ਗਏ,
ਵਸਤਰ ਧੋ ਲਏ, ਕਹਿੰਦੇ ਜੀ ਸੁੱਚੇ ਹੋ ਗਏ, ਕੁਝ ਮਾਂਜ ਲਿਆ ਸੁੱਚਾ ਹੋ ਗਿਆ। ਪਰ ਪਾਤਸ਼ਾਹ ਮੰਨਦੇ ਆ, ਸਤਿਗੁਰੂ ਜੀ ਕਹਿੰਦੇ ਆ ਵੀ ਸੱਚ ਤੋਂ ਬਿਨਾਂ ਕਿਵੇਂ ਸੁੱਚਾ ਹੋਇਆ ਜਾ ਸਕਦਾ? ਭਾਈ ਨਹੀਂ ਹੋਇਆ ਜਾ ਸਕਦਾ ਸੁੱਚਾ ਜੇ ਸੱਚ ਕੋਲੇ ਨਹੀਂ ਹੈ। ਬਸ ਪਾਤਸ਼ਾਹ ਕਹਿੰਦੇ ਜਿਹੜਾ ਸੱਚ ਨਾਲੋਂ ਟੁੱਟਿਆ ਉਹ ਸਾਕਤ ਪੁਰਸ਼ ਹੈ, ਜਿਹੜਾ ਸਾਕਤ ਪੁਰਸ਼ ਹੈ ਉਹਦੀ ਆਰਜ਼ਾ ਉਮਰ ਕਿਸੇ ਅਰਥ ਵਿੱਚ ਨਹੀਂ ਬੇਅਰਥ ਹੈ। ਇਹ ਪੜ੍ਹਦੇ ਹਾਂ ਗੁਰੂ ਪਿਆਰਿਓ ਬਈ ਸਾਚ ਬਿਨਾਂ ਕਹਿ ਹੋਵਤ ਸੁੱਚਾ, ਅਤੇ ਅੱਗੇ ਕਹਿੰਦੇ ਆ ਬਿਰਥਾ ਨਾਮ ਬਿਨਾਂ ਤਨ ਅੰਧ, ਮੁੱਖ ਆਵਤ ਤਾਕੈ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਈ, ਮੇਘ ਬਿਨਾਂ ਜਿਉਂ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾ। ਸਾਰਾ ਕੁਛ ਹੀ ਪਾਤਸ਼ਾਹ ਕਹਿੰਦੇ ਬੇਅਰਥ ਹੈ ਜੇ ਉਹ ਭਜਨ ਬੰਦਗੀ ਪਰਮਾਤਮਾ ਦੀ ਯਾਦ ਨਹੀਂ ਹੈ। ਭਾਵ ਕਿ ਆਪਾਂ ਪਿਛਲੇ ਦਿਨਾਂ ਵਿੱਚ ਵੀ ਇਹ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚੋਂ ਵਾਰਤਾ ਸਾਂਝੀ ਕੀਤੀ ਸੀ ਵੀ ਜਦੋਂ ਸਿੰਧ ਰਾਜ ਵਿੱਚ ਸਤਿਗੁਰੂ ਜੀ ਗਏ ਸੀ, ਆਖਣਾ ਕੀਤਾ ਸੀ ਉਸ ਰਾਜੇ ਨੂੰ, ਪੁੱਛਿਆ ਸੀ, ਉਹ ਕਹਿੰਦਾ ਮਾਲਕ ਸੱਚੇ ਪਾਤਸ਼ਾਹ ਜਿਵੇਂ ਕਿਸੇ ਸਮੇਂ ਭੂਮੀ ਨੇ ਕਿਹਾ ਸੀ ਵੀ ਸਤਿਗੁਰੂ ਜੀ ਮੇਰਾ ਭੋਜਨ ਗ੍ਰਹਿਣ ਕਰੋ, ਅਤੇ ਇਉਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਵੀ ਪੁੱਛਿਆ ਸੀ ਭੂਮੀ ਤੋਂ ਵੀ। ਅਤੇ ਉੱਥੇ ਉਹ ਸਿੰਧ ਰਾਜ ਸੀ ਜਿਹੜਾ, ਉਹ ਵੀ ਗੁਰੂ ਪਿਆਰੇ ਉਹ ਹਰ ਇੱਕ ਪੂਰਨਿਆਂ ਨੂੰ ਪੂਰਨਮਾਸੀ ਨੂੰ ਲੰਗਰ ਲਾਉਂਦਾ ਸੀ। ਉਹਨਾਂ ਵੀ ਗੁਰੂ ਅੱਗੇ ਥਾਲ ਕੀਤਾ, ਸੱਚੇ ਪਾਤਸ਼ਾਹ ਭੋਜਨ ਗ੍ਰਹਿਣ ਕਰੋ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਲਿਆ, ਸਿਮਰਨ ਕਰਦਾ ਉਹਨਾਂ, ਕਹਿੰਦੇ ਜੀ ਕਾਹਦਾ? ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦਾ। ਕਹਿੰਦੇ ਉਹ ਕਿਹੜਾ ਹੈ? ਕਹਿੰਦੇ ਕਿਹੜਾ ਕੀ ਭਾਈ, ਇੱਕੋ ਹੀ ਹੈ, ਇੱਕੋ ਹੀ ਹੈ ਜਿਹੜਾ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਭਗਵਾਨ ਰਾਮ। ਕਹਿੰਦੇ ਨਾ ਜੀ, ਮੈਂ ਨਹੀਂ ਕਰਦਾ ਹੁੰਦਾ, ਮੈਂ ਤਾਂ ਬਸ ਇੰਨਾ ਕੀ ਹੈ, ਐਂ ਜਾਣਦਾ ਮੈਂ ਬਈ ਭਲੇ ਦੇ ਕੰਮ ਕਰੋ ਜੀ, ਚੰਗੇ ਕਰਮ। ਬੇਅੰਤ ਦੁਨੀਆ ਅੱਜ ਵੀ ਕਹਿੰਦੀ ਹੈ, ਪਹਿਲਾਂ ਵੀ ਆਪਾਂ ਸਾਂਝ ਪਾਈ ਹੈ ਬਚਨਾਂ ਦੀ, ਬਈ ਬੜੇ ਕਹਿੰਦੇ ਆ ਵੀ ਕੀ ਹੈ ਰੱਬ ਦਾ ਨਾਂ ਲੈ ਕੇ ਜਾਂ ਬਾਣੀ ਪੜ੍ਹ ਕੇ, ਕਹਿੰਦੇ ਜੀ ਬਸ ਕੰਮ ਚੰਗੇ ਕਰਨੇ ਚਾਹੀਦੇ ਹੈ, ਬੁਰਾ ਨਹੀਂ ਕਰਨਾ ਚਾਹੀਦਾ। ਉੱਦਾਂ ਹੀ ਭਾਵ ਉਹਦੀ ਸੋਚ ਵੀ ਇਹ ਸੀ ਸਿੰਧ ਰਾਜ ਦੀ, ਕਹਿੰਦਾ ਬਾਬਾ ਮੈਂ ਨਹੀਂ ਇੱਕ ਨੂੰ ਜਾਣਦਾ, ਦੋ ਨੂੰ ਕਿਸੇ ਨੂੰ ਜਾਣਦਾ, ਬਸ ਇੰਨਾ ਮੈਨੂੰ ਪਤਾ ਵੀ ਚੰਗੇ ਕੰਮ ਕਰੋ, ਪੁੰਨ ਦਾਨ ਕਰੋ। ਕਹਿੰਦੇ ਬਸ ਠੀਕ ਹੈ, ਭਲਾ ਹੀ ਭਲਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅੱਛਾ ਭਾਈ। ਕਹਿੰਦੇ ਜੀ ਹਾਂ। ਕਹਿੰਦੇ ਭਾਈ ਫਿਰ ਲਿਖਣਾ ਪੜ੍ਹਨਾ ਤਾਂ ਆਉਂਦਾ ਤੈਨੂੰ? ਕਹਿੰਦਾ ਜੀ ਹਾਂ। ਲਿਆ ਕਹਿੰਦੇ ਕਲਮ ਦਵਾਤ ਪੇਪਰ ਮੰਗਾਉਣਾ ਕੀਤਾ ਪਾਤਸ਼ਾਹ। ਕਹਿੰਦੇ ਇਹ ਤਾਂ ਲਿਖਣਾ ਕਰ। ਕਹਿੰਦੇ ਜੀ ਕੀ ਲਿਖਾ? ਕਹਿੰਦੇ ਭਾਈ ਸਿਫਰਾਂ ਲਿਖ ਲੈ। ਸਿਫਰ ਲਿਖੀ, ਇੱਕ ਦੋ ਤਿੰਨ ਚਾਰ ਭਾਵ ਲਿਖਾ ਲਈਆਂ। ਪਾਤਸ਼ਾਹ ਕਹਿੰਦੇ ਪੜ੍ਹ ਕੇ ਸੁਣਾ। ਕਹਿੰਦਾ ਜੀ ਇਹ ਕੀ ਪੜ੍ਹਨਾ, ਮੈਂ ਤਾਂ ਸਿਫਰਾਂ ਹੀ ਨੇ, ਸਿਫਰਾਂ ਦਾ ਕੀ ਹੈ, ਕਿਹੜੀ ਕੀਮਤ ਇਹਨਾਂ ਦੀ? ਪਾਤਸ਼ਾਹ ਕਹਿੰਦੇ ਭਾਈ ਹੈ ਨਹੀਂ। ਕਹਿੰਦੇ ਨਾ। ਕਹਿੰਦੇ ਅੱਛਾ ਭਾਈ, ਏਕਾ ਵੀ ਲਿਖਣਾ ਆਉਂਦਾ, ਇੱਕ ਵੀ ਆਉਂਦਾ? ਕਹਿੰਦਾ ਜੀ ਹਾਂ। ਕਹਿੰਦੇ ਇੱਕ ਬੰਨੇ ਇਹ ਲਿਖ। ਲਿਖਣਾ ਕੀਤਾ, ਲਿਖਤਾ ਏਕਾ। ਅਤੇ ਪਾਤਸ਼ਾਹ ਕਹਿੰਦੇ ਪੜ੍ਹ ਕੇ ਸੁਣਾ। ਕਹਿੰਦਾ ਜੀ ਇੱਕ। ਕਹਿੰਦੇ ਅੱਛਾ ਭਾਈ ਏਕਾ? ਕਹਿੰਦੇ ਜੀ ਹਾਂ। ਕਹਿੰਦੇ ਇੱਥੋਂ ਚੱਕ ਕੇ ਇੱਕ ਸਿਫਰੇ ਦੇ ਨਾਲ ਲਾ, ਲਾਤੀ ਸਿਫਰ। ਕਹਿੰਦੇ ਜੀ ਪੜ੍ਹ ਕੇ ਸੁਣਾ ਸਤਿਗੁਰੂ। ਕਹਿੰਦੇ ਕਹਿੰਦਾ ਜੀ ਦਸ। ਪਾਤਸ਼ਾਹ ਕਹਿੰਦੇ ਦਸ? ਹੁਣ ਤਾਂ ਇੱਕ ਕਹਿੰਦਾ ਸੀ। ਕਹਿੰਦਾ ਜੀ ਨਾਲ ਇੱਕ ਸ਼ਿਫਰ ਲੱਗ ਗਈ, ਦਸ ਹੋ ਗਏ। ਪਾਤਸ਼ਾਹ ਕਹਿੰਦੇ ਇੱਕ ਹੋਰ ਲਾ ਦੇ, ਲਾਤੀ ਇੱਕ ਹੋਰ। ਕਹਿੰਦੇ ਹੁਣ ਸੁਣਾ ਪੜ੍ਹ ਕੇ। ਕਹਿੰਦਾ ਜੀ ਸੌ। ਪਾਤਸ਼ਾਹ ਕਹਿੰਦੇ ਸੌ ਹੋ ਗਿਆ? ਕਹਿੰਦਾ ਜੀ ਹਾਂ, ਇੱਕ ਸਿਫਰ ਹੋਰ ਲੱਗ ਗਈ। ਇੱਕ ਹੋਰ ਲਾ ਪਾ ਫਿਰ ਹਜ਼ਾਰ, ਦਸ ਹਜ਼ਾਰ, ਲੱਖ। ਪਾਤਸ਼ਾਹ ਕਹਿੰਦੇ ਭਾਈ ਬੜਾ ਹੀ ਤੂੰ ਤਾਂ ਵਧਾਈ ਜਾਂਦਾ ਗਿਣਤੀ, ਲਾਉਣਾ ਤਾਂ ਸਿਫਰਾਂ, ਅੱਖਰ ਤਾਂ ਕੋਈ ਲਾਉਂਦਾ ਨਹੀਂ। ਅਤੇ ਰਾਜਨ ਕਹਿਣ ਲੱਗਿਆ ਐ ਬਾਬਾ
ਆ ਜਿਹੜਾ ਏਕ ਆ ਲਾਤਾ, ਕਹਿੰਦਾ ਇਹਦੇ ਨਾਲ ਜਿੰਨੀਆਂ ਸਿਫਰਾਂ ਬੁਝਾਵਾਂਗੇ ਨਾ ਦਸ ਗੁਣੇ ਵੱਧਦਾ ਹੀ ਜਾਣਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅੱਸਾ ਭਾਈ, ਪਹਿਲਾਂ ਏਕ ਤੋਂ ਪਹਿਲਾਂ ਤਾਂ ਬੜੀਆਂ ਸਿਫਰਾਂ ਲਿਖੀਆਂ ਸੀ, ਤੂੰ ਪੜ੍ਹ ਕੇ ਸੁਣਾਇਆ ਨਹੀਂ ਤਾਂ ਸਿਫਰੀ ਆਖਿਆ ਵੀ ਕੀਮਤ ਕੋਈ ਨਹੀਂ, ਇਹਦਾ ਲਫ਼ਜ਼ ਕੋਈ ਨਹੀਂ ਹੈ ਸਿਫਰ ਤੋਂ ਬਿਨਾਂ। ਅਤੇ ਪਾਤਸ਼ਾਹ ਨੂੰ ਕਹਿੰਦਾ ਪਾਤਸ਼ਾਹ ਜੀ ਏਕੇ ਨਾਲ ਬਣਿਆ, ਸੱਚੇ ਪਾਤਸ਼ਾਹ ਕਹਿੰਦੇ ਇਉਂ ਹੀ ਭਾਈ, ਫਿਰ ਜਿਹੜਾ ਇੱਕ ਹੈ ਨਾ ਉਹਦੀ ਯਾਦ ਤੋਂ ਬਿਨਾਂ ਕੁਝ ਮਰਜ਼ੀ ਤੂੰ ਕਰਦਾ ਹੈ, ਉਹਦੇ ਨਾਲ ਜੁੜਨ ਤੋਂ ਬਿਨਾਂ ਕੁਝ ਮਰਜ਼ੀ ਤੂੰ ਕਰਦਾ ਹੈ, ਇਉਂ ਹੀ ਹੈ ਜਿਵੇਂ ਸਿਫਰਾਂ ਨੇ, ਇਹ ਸਿਫਰਾਂ ਹੀ ਨੇ ਸਾਰੀਆਂ ਤੇਰੀਆਂ। ਜਿੰਨਾ ਤਰ ਤੂੰ ਉਸ ਇੱਕ ਨਾਲ ਨਹੀਂ ਜੁੜਦਾ, ਇੱਕ ਨਾਲ ਜੁੜੀਆਂ ਸਿਫਰਾਂ ਵੇਖ ਕਿੰਨੀ ਕੀਮਤ ਬਣ ਗਈ ਇਹਨਾਂ ਦੀ, ਜੇ ਇੱਕ ਨਾਲ ਨਾ ਜੁੜਿਆ ਕਿ ਨਾ। ਆਹੀ ਹਾਲ ਹੈ ਅੱਜ ਬਹੁਤਾਤ ਗਿਣਤੀ ਸਾਡੇ ਜੀਵਨਾਂ ਦਾ ਇਹ ਹਾਲ ਹੀ ਹੈ। ਕਹਿੰਦੇ ਕੀ ਲੈਣਾ ਬਾਣੀ ਪੜ੍ਹ ਕੇ, ਕੀ ਲੈਣਾ ਇੱਕ ਤੋਂ, ਕੀ ਹੈ ਰੱਬ ਕਹਿੰਦੇ ਭਲੇ ਦੇ ਕੰਮ ਕਰੋ ਬਸ ਠੀਕ ਠਾਕ ਹੈ। ਪੁੰਨ ਦਾਨ ਇਤਿਹਾਦਿਕ ਬਹੁਤ ਕੁਝ ਕਰਦੇ ਹਾਂ, ਪੁੰਨ ਦਾਨ ਤੋਂ ਬੀਜ ਦੇ ਸਭ ਧਰਮ ਰਾਜ ਕੇ ਜਾਈ। ਪਾਤਸ਼ਾਹ ਕਹਿੰਦੇ ਆ ਵੀ ਸਾਰਿਆਂ ਦਾ ਲੇਖਾ ਜੋਖਾ ਭਾਈ, ਲੇਖੇ ਜੋਖ ਜਗ ਹੁੰਦੇ ਆ, ਵਧੀਆਂ ਵਾਧਾਂ ਘਾਟਾਂ ਹੁੰਦੀਆਂ ਨੇ, ਪਰ ਜੇ ਕਿਤੇ ਇਸ ਗੁਰੂ ਨਾਨਕ ਦੇ ਉਪਦੇਸ਼ ਨਾਲ ਜੁੜ ਜਾਈਏ ਤਾਂ ਬਾਬਾ ਜੀ ਬਾਣੀ ਵਿੱਚ ਵੀ ਇਹ ਕਹਿ ਰਹੇ ਨੇ, ਧਰਮ ਰਾਏ ਅਬ ਕਹਾਂ ਕਰੇ ਗੋ, ਜਨ ਨਾਨਕ ਲੇਖਾ ਸਮਝਾ। ਫਿਰ ਕਹਿੰਦੇ ਭਾਈ ਉਹ ਜਿਹੜਾ ਧਰਮ ਰਾਜਾ ਜਿਹੜਾ ਸਾਡਾ ਭਾਵ ਕਹਿੰਦੇ ਹਿਸਾਬ ਕਿਤਾਬ ਕਰਨ ਵਾਲਾ, ਫਿਰ ਉਹ ਕਰੂਗਾ ਕੀ? ਕਹਿੰਦੇ ਜਦੋਂ ਗੁਰੂ ਨਾਨਕ ਦੇ ਉਪਦੇਸ਼ ਦੀ ਕਮਾਈ ਕਰ ਲਈ ਵੀ ਸਮਝ ਆ ਗਈ ਸਾਨੂੰ, ਗੁਰੂ ਨਾਨਕ ਨੇ ਸਾਡੀ ਵਾਹ ਪਾਲ ਲਈ, ਇਸੇ ਕਰਕੇ ਆਓ ਗੁਰੂ ਨਾਨਕ ਦੇ ਦਰ ਨਾਲ ਜੁੜੀਏ, ਗੁਰੂ ਨਾਨਕ ਦੀ ਸੰਗਤ ਨਾਲ ਜੁੜੀਏ, ਉਸ ਇੱਕ ਪਰਮੇਸ਼ਰ ਨੂੰ ਧਿਆਉਣਾ ਕਰੀਏ ਤਾਂ ਕਿਰਪਾ ਹੋ ਸਕਦੀ ਹੈ। ਨਹੀਂ ਕੋਈ ਕਾਦਰ ਨਹੀਂ, ਕੋਈ ਕੀਮਤ ਨਹੀਂ, ਇਹ ਡੰਬਾ ਪਖੰਡਾ ਵਿੱਚ ਪੈ ਕਰਕੇ ਕੁਝ ਨਹੀਂ ਬਣਨਾ। ਪਾਤਸ਼ਾਹ ਕਹਿੰਦੇ ਪਹਿਲਾਂ ਵੀ ਇੱਕੋ ਹੀ ਸੀ ਭਾਈ, ਇੱਕ ਨਾਲ ਜੁੜ ਜਾਈਏ। ਅੱਜ ਡੰਬ ਪਠੰਗ ਬੜਾ ਕੁਛ ਵਧਿਆ ਪਿਆ। ਪਾਤਸ਼ਾਹ ਕਹਿੰਦੇ ਪਹਿਲਾਂ ਆਈ ਸੀ ਭਾਈ, ਤੰਤ ਮੰਤ ਪਖੰਡ ਨਾ ਕੋਈ, ਨਾ ਕੋ ਵੰਸ਼ ਬਜਾਏ ਦਾ, ਕੋਈ ਨਹੀਂ ਸੀ ਇੱਥੇ। ਪਾਤਸ਼ਾਹ ਕਹਿੰਦੇ ਇੱਕ ਪਹਿਲਾਂ ਵੀ ਸੀ, ਅੱਜ ਵੀ ਹੈ, ਇੱਕ ਨਾਲ ਜੁੜਿਆ ਹੀ ਕਿਰਪਾ ਹੋਣੀ ਹੈ। ਤਦ ਆਓ ਸਤਿਗੁਰੂ ਜੀ ਮਿਹਰ ਕਰਨ, ਅੱਗੇ ਅੱਠਵੀਂ ਪੌੜੀ ਵਿੱਚ ਸਤਿਗੁਰੂ ਕਿਰਪਾ ਕਰਦੇ ਹਨ। ਕਰਮ ਧਰਮ ਨਹੀਂ ਮਾਇਆ ਮਾਖੀ, ਜਾਤ ਜਨਮ ਨਹੀਂ ਦਿਸੈ ਆਖੀ, ਮਮਤਾ ਜਾਲ ਕਾਲ ਨਹੀਂ ਮਾਥੇ, ਨਾ ਕੋ ਕਿਸੇ ਧਿਆਏ ਦਾ। ਪਾਤਸ਼ਾਹ ਨੇ ਕਰਮ ਧਰਮ ਨਹੀਂ ਮਾਇਆ ਮਾਖੀ, ਕਹਿੰਦੇ ਭਾਈ ਨਾ ਕੋਈ ਕਰਮ ਦੀ ਗੱਲ ਸੀ, ਨਾ ਕੋਈ ਧਰਮ ਦੀ ਗੱਲ ਸੀ, ਅਤੇ ਨਾ ਮਾਇਆ ਮਾਖੀ, ਜਿਹਨੂੰ ਮੱਖੀ ਕਿਹਾ ਮਾਇਆ। ਕਹਿੰਦੇ ਮਾਇਆ ਵੀ ਨਹੀਂ ਸੀ ਪਹਿਲਾਂ, ਮਾਇਆ ਵੀ ਸਾਡੇ ਲਈ ਪੈਦਾ ਹੋਈ ਹੈ ਨਾ, ਇਹ ਮਾਲਕ ਨਹੀਂ, ਮਾਇਆ ਰਚੀ ਹੈ ਸਾਰੀ, ਇਸੇ ਕਰਕੇ। ਸੋ ਸਤਿਗੁਰੂ ਜੀ ਕਹਿੰਦੇ ਐ ਪਿਆਰਿਓ ਵੀ ਇਹ ਕਰਮਾਂ ਧਰਮਾਂ ਵਿੱਚੋਂ ਨਿਕਲਣਾ ਕਰੋ, ਕਿਉਂਕਿ ਕਰਮ ਜਿਹੜੇ ਧਰਮ ਦੇ ਨਾਂ 'ਤੇ ਬਣਾਏ ਨੇ, ਇਉਂ ਨਹੀਂ ਵੀ ਧਰਮ ਛੱਡਣ ਨੂੰ ਨਹੀਂ ਕਿਹਾ ਪਾਤਸ਼ਾਹ ਨੇ, ਵੀ ਜਿੰਨੇ ਕਰਮ ਧਰਮ ਦੇ ਨਾਂ 'ਤੇ ਬਣਾ ਤੇ, ਬੇਅੰਤ ਬਣਾ ਤੇ, ਜਿਹਦੇ ਪ੍ਰਥਾਏ ਪਾਤਸ਼ਾਹ ਨੇ ਸਾਰਿਆਂ ਨੂੰ ਸਫਾਇਆ ਕਰਕੇ ਕਹਿ ਦਿੱਤਾ। ਕਹਿੰਦੇ ਕਰਮ ਧਰਮ ਪਖੰਡ ਜੋ ਦਿਸੈ, ਕਹਿੰਦੇ ਕਰਮ ਧਰਮ ਦੇ ਨਾਂ 'ਤੇ ਥੋਪੇ ਹੋਏ ਜਿਹੜੇ ਪਖੰਡ ਦਿਸ ਰਹੇ ਨੇ, ਇਹਨਾਂ ਨੂੰ ਪਾਤਸ਼ਾਹ ਕਹਿੰਦੇ ਜਮ ਜਗਾਤੀ ਲੁੱਟੇ, ਜਮ ਜਮ ਦਾ ਭਾਵ ਜੱਜਾ ਜਨਮ ਮੰਮਾ ਮਰਨ, ਵੀ ਜਨਮ ਤੋਂ ਮੌਤ ਤੱਕ ਇਹ ਤਾਂ ਸਾਰੀ ਲੁੱਟ ਕਸੁੱਟ ਹੋ ਜਾਂਦੀ ਹੈ, ਸਾਰੀ ਧਰਮ ਦੇ ਨਾਂ 'ਤੇ ਲੁੱਟ ਹੋ ਰਹੀ ਹੈ। ਬੜੀਆਂ ਕਹਿ ਦੀਆਂ ਰਾਮਜਾ ਸਤਿਗੁਰਾਂ ਨੇ ਬਾਣੀ ਵਿੱਚ ਦਿੱਤੀਆਂ ਨੇ,
ਸਤਿਗੁਰੂ ਜੀ ਕਹਿੰਦੇ ਇਹ ਸਾਰਾ ਪਖੰਡ ਭਾਈ ਇਹਦੇ ਵਿੱਚੋਂ ਨਿਕਲਣਾ ਕਰੋ। ਕੀ ਕਰਨਾ ਫਿਰ ਪਾਤਸ਼ਾਹ ਨੇ ਨਾਲ ਦੱਸਣਾ ਵੀ ਕੀਤਾ ਸਾਰਾ ਕੁਛ ਜੋ ਛੱਡਣ ਨੂੰ ਕਿਹਾ। ਜਿਹੜੀ ਲੁੱਟ ਹੁੰਦੀ ਆ ਉਹ ਵਿਖਾਈ ਹੈ। ਪਾਤਸ਼ਾਹ ਕਹਿੰਦੇ ਭਾਈ ਇਹਨਾਂ 'ਚੋਂ ਨਿਕਲ ਕੇ ਕੀ ਕਰਨਾ, ਕਰਮ ਧਰਮ ਪਖੰਡ ਜੋ ਦਿਸੇ ਤਨ ਜਮ ਜਾਗਾਤੀ ਲੁੱਟੇ। ਅਤੇ ਅੱਗੇ ਪਾਤਸ਼ਾਹ ਕਹਿੰਦੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਕਹਿੰਦੇ ਕਰਤੇ ਦੀ ਕੀਰਤੀ ਕਰਿਆ ਕਰੋ, ਉਹਦੀ ਉਸਤਤ ਵਡਿਆਈ ਕਰਿਆ ਕਰੋ ਭਾਈ। ਜਿਹੜਾ ਵਡਿਆਈ ਕਰੇਗਾ ਨਿਮਖ ਸਿਮਰਤ ਜਿਤ ਸੁੱਟ ਹੈ ਉਹਦਾ ਛੁਟਕਾਰਾ ਹੋ ਜਾਏਗਾ। ਭਾਵੇਂ ਥੋੜ੍ਹੀ ਵਡਿਆਈ ਕੀਤੀ ਜਾਵੇ, ਥੋੜ੍ਹਾ ਸਮਾਂ ਕੀਤੀ ਜਾਵੇ, ਸਮਾਂ ਕੱਢ ਕੇ ਕੀਤੀ ਜਾਵੇ ਅਤੇ ਪਾਤਸ਼ਾਹ ਕਹਿੰਦੇ ਹੈ ਉਹਦਾ ਛੁਟਕਾਰਾ ਹੋ ਜਾਏਗਾ ਭਾਈ। ਉਹ ਸੁੱਟ ਸਕਦਾ ਜਮਾਂ ਦੇ ਵਿੱਚੋਂ, ਆਵਾਗਮਨ ਦੇ ਚੱਕਰ ਤੋਂ, ਮਾਰਾਂ ਵਿੱਚੋਂ, ਨਹੀਂ ਤਾਂ ਪਾਤਸ਼ਾਹ ਕਹਿੰਦੇ ਕੋਈ ਛੁਟਕਾਰਾ ਨਹੀਂ ਹੈ। ਇਸੇ ਕਰਕੇ ਪਾਤਸ਼ਾਹ ਜੀ ਇਹ ਰਹਿਮਤ ਕਰਦੇ ਨੇ, ਰਹੋ ਵਿਚਾਰ ਹੁਣ ਜਾਤ ਜਨਮ ਨਹੀਂ ਦਿਸੇ ਆਖੀ। ਪਾਤਸ਼ਾਹ ਕਹਿੰਦੇ ਅੱਖਾਂ ਦੇ ਨਾਲ ਭਾਈ ਨਾ ਕੋਈ ਜਾਤ ਨਾ ਕੋਈ ਜਨਮ ਦਿਸਦਾ ਹੈ। ਕਿਹਦਾ ਆਪਾਂ ਕਿਸੇ ਦਾ ਕੋਈ ਓਪਰਾ ਬੰਦਾ ਅਜੇ ਪੜ੍ਹ ਸਕਦੇ ਹਾਂ ਕਿਸੇ ਦਾ ਵੀ ਇਹਦਾ ਫਲਾਣੇ ਤੋਂ ਜਨਮ ਹੋਇਆ ਹੋਇਆ ਜਾਂ ਫਲਾਣੀ ਜਾਤ ਵਿੱਚ ਹੈ, ਕੋਈ ਨਹੀਂ ਪੜ੍ਹ ਸਕਦਾ। ਪੁੱਛਾਂਗੇ ਕਿਉਂਕਿ ਕਈ ਸਾਨੂੰ ਆਦਤ ਪਈ ਹੁੰਦੀ ਹੈ, ਪੁੱਛਦੇ ਹਾਂ ਹਰ ਇੱਕ ਤੋਂ ਭਈ ਕਿੱਥੇ ਦਾ ਜਨਮ ਹੈ ਤੇਰਾ ਭਾਈ। ਠੀਕ ਹੈ ਪੁੱਛ ਲਿਆ ਅਤੇ ਫਿਰ ਅੱਗੇ ਪੁੱਛਦੇ ਹਾਂ ਕਿਹੜੀ ਜਨਮ ਜਾਤ ਵਿੱਚ ਹੈ, ਆਹ ਕੁਝ ਪੁੱਛਦਾ ਸਾਡੀ। ਪਰ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ ਆ, ਤਦੇ ਏਕਤਾ ਵਿੱਚ ਪਰੋਇਆ। ਪਾਤਸ਼ਾਹ ਕਹਿੰਦੇ ਭਾਈ ਨਾ ਤਾਂ ਜਨਮ ਦਿਸਦਾ ਇਹਨਾਂ ਅੱਖਾਂ ਨਾਲ, ਕੋਈ ਕਿਸੇ ਦਾ ਦੱਸ ਦੇਵੇ ਉਹ ਜਾਣ ਪਛਾਣ ਹੈ ਤਾਂ ਦੱਸ ਦਿੰਦੇ ਆਪਾਂ, ਕਹਿੰਦਾ ਵੀ ਇਹ ਫਲਾਣਿਆਂ ਦਾ ਮੁੰਡਾ ਹੈ, ਇਹ ਫਲਾਣੀ ਜਾਤ ਵਿੱਚ ਹੈ। ਜੇ ਕੋਈ ਦੂਰੋਂ ਆ ਜੇ ਸਾਡੇ ਕੋਲ ਪੁੱਛ ਬਗੈਰ ਕੌਣ ਦੱਸ ਸਕਦਾ ਹੈ, ਅੱਖਾਂ ਨਾਲ ਨਹੀਂ ਦਿਸਦਾ, ਕਿਤੇ ਲਿਖਿਆ ਨਹੀਂ ਹੁੰਦਾ। ਇਸੇ ਕਰਕੇ ਪਾਤਸ਼ਾਹ ਕਹਿੰਦੀ ਹੈ ਜਾਤ ਜਨਮ ਨਹੀਂ ਦਿਸੇ ਆਖੀ। ਅੱਗੇ ਪਾਤਸ਼ਾਹ ਕਹਿੰਦੇ ਮਮਤਾ ਜਾਲ ਕਾਲ ਨਹੀਂ ਮਾਥਾ, ਨਾ ਮਮਤਾ ਨਾ ਕੋਈ ਜਾਲ ਨਾ ਕੋਈ ਕਾਲ ਸਮਾਂ, ਇਹ ਕੋਈ ਵੀ ਕਿਸੇ ਦੇ ਮੱਥੇ 'ਤੇ ਨਹੀਂ ਲਿਖਿਆ ਹੋਇਆ। ਆਪਾਂ ਕਹਿੰਦੇ ਤਾਂ ਵੀ ਮੱਥੇ 'ਤੇ ਲਿਖਿਆ ਹੋਇਆ ਜੀ, ਇਹ ਸਾਰਾ ਕੁਛ ਉਹ ਪਰਮਾਤਮਾ ਜਾਣਦਾ, ਵਾਹਿਗੁਰੂ ਜਾਣਦਾ, ਅਸੀਂ ਤਾਂ ਕਹਿਣ ਵਾਲੀ ਹਾਂ ਮੱਥੇ ਦਾ। ਇਸੇ ਕਰਕੇ ਪਾਤਸ਼ਾਹ ਕਹਿੰਦੇ ਭਾਈ ਪਹਿਲਾਂ ਬਣੀ ਸੀ ਕਿਸੇ ਦੇ ਲਿਖਿਆ ਹੋਇਆ ਅਤੇ ਲਿਖਿਆ ਅੱਜ ਵੀ ਨਹੀਂ ਕਹਿ ਲਈਏ ਆਪਾਂ, ਇਹ ਤਾਂ ਆਪ ਹੀ ਮਰੇ ਮਾਲਕ ਨੇ ਕਿਰਪਾ ਕੀਤੀ ਸਾਨੂੰ ਸਮਝਾਇਆ ਵੀ ਇਹ ਪਿਆਰਿਆ ਕਰਨੀ ਕਾਗਦ ਮਨ ਮਸਬਾਣੀ ਬੁਰਾ ਭਲਾ ਦੋਏ ਲੇਖ ਪਏ, ਵੀ ਆਹ ਕੁਝ ਹੈ ਤੇਰਾ ਵੀ ਜੋ ਕੁਝ ਤੂੰ ਕਰਦਾ ਬੁਰਾ ਕਰਦਾ ਭਾਵੇਂ ਭਾਈ ਸਮਝ ਲਾ ਤੇਰੇ ਬੁਰੇ ਲੇਖ ਚੱਲ ਪਏ, ਲਿਖਣ ਲੱਗ ਗਿਆ ਬੁਰੇ, ਚੰਗਾ ਕਰਦਾ ਭਲਾ ਕਰਦਾ ਸਮਝ ਲਾ ਤੇਰੇ ਭਲੇ ਲੇਖ ਹੋ ਰਹੇ ਨੇ, ਲਿਖ ਰਿਹਾ ਹੈ ਤੂੰ। ਇਸੇ ਕਰਕੇ ਆਓ ਕਰਮੀ ਆਪੋ ਆਪਣੀ ਪਾਤਸ਼ਾਹ ਕਹਿੰਦੇ ਆਪੋ ਆਪਣੀ ਕਰਮੀ ਹੈ ਭਾਈ, ਜੋ ਕੁਝ ਕਰ ਰਹੇ ਹਾਂ ਉਹ ਭੁਗਤ ਰਹੇ ਹਾਂ ਉਹ ਭੁਗਤਾਂਗੇ। ਇਸੇ ਕਰਕੇ ਪਾਤਸ਼ਾਹ ਇਹ ਰਹਿਮਤ ਕਰਦੇ ਆ ਸਾਨੂੰ ਸਮਝਾਉਂਦੇ ਹੈ। ਪਾਤਸ਼ਾਹ ਕਹਿੰਦੇ ਭਾਈ ਐਸਾ ਹੀ ਸਮਾਂ ਸੀ ਪਹਿਲਾਂ ਮਾਲਕ ਦੀ ਇਸ ਸਾਜਨਾ ਤੋਂ ਪਹਿਲਾਂ, ਮਮਤਾ ਜਾਲ ਕਾਲ ਨਹੀਂ ਮਾਥੇ ਨਾ ਕੋ ਕਿਸੇ ਧਿਆਏ ਦਾ, ਉਦੋਂ ਕੋਈ ਕਿਸੇ ਨੂੰ ਧਿਆਉਣ ਵਾਲਾ ਵੀ ਨਹੀਂ ਸੀ। ਪਰ ਅੱਜ ਵੀ ਗੁਰੂ ਨਾਨਕ ਸਾਨੂੰ ਇਹੀ ਉਪਦੇਸ਼ ਦਿੱਤਾ ਸਮਝਾਉਣ ਦਾ, ਲਿਖਣ ਦਾ, ਬਾਣੀ ਉਚਾਰਨ ਦਾ, ਸਾਡੇ ਲਈ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ, ਇਹੀ ਭਾਵ ਪ੍ਰਯੋਜਨ ਹੈ ਵੀ ਸਮਝ ਆ ਜਾਵੇ ਵੀ ਇਹ ਪਿਆਰਿਆ ਕਿਉਂ ਥਾਂ ਪਰ ਥਾਂ
ਰੱਬ ਬਣਾਈ ਬੈਠਾ, ਐਵੇਂ ਕਦੇ ਕਿਹਦੀ ਪੂਜਾ ਵਿੱਚ ਲੱਗ ਗਿਆ, ਕਦੇ ਕਿਹਦੀ ਪੂਜਾ ਵਿੱਚ ਲੱਗ ਗਿਆ, ਕਦੇ ਕਿਸੇ ਦਾ ਧਿਆਨ ਧਰਦਾ, ਕਦੇ ਕਿਸੇ ਦਾ ਧਿਆਨ ਧਰਦਾ। ਉਹ ਸਿਰਜਣਹਾਰ ਪਰਮਾਤਮਾ ਵਾਹਿਗੁਰੂ ਸ੍ਰਿਸ਼ਟੀ ਦੀ ਸਿਰਜਣਾ ਤੋਂ ਜੋ ਪਹਿਲਾਂ ਵੀ ਸੀ, ਅੱਜ ਵੀ ਹੈ, ਅੱਗੇ ਵੀ ਹੋਵੇਗਾ, ਬਸ ਉਹਦੇ ਨਾਲ ਜੁੜ ਜਾ। ਗੁਰੂ ਨਾਨਕ ਦਾ ਉਪਦੇਸ਼ ਇਹੀ ਹੈ ਵੀ ਉਸ ਇੱਕ ਨੂੰ ਧਿਆਉਣਾ ਕਰ, ਆਓ ਤਾਂ ਤੇ ਸਤਿਗੁਰੂ ਮਿਹਰ ਕਰਨ। ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਤੁਹਾਡਾ ਸਤਿਨਾਮ ਉਪਦੇਸ਼ ਬਾਣੀ ਵਿਚਾਰ ਸਾਡੇ ਹਿਰਦੇ ਘਰ ਵਿੱਚ ਵੱਸ ਜਾਵੇ, ਪਾਤਸ਼ਾਹ ਭੁੱਲੀਏ ਨਾ, ਅਸੀਂ ਜੀਵਨ ਵਿੱਚ ਲਾਗੂ ਕਰ ਲਈਏ, ਤੇਰੇ ਗੁਣ ਗਾਈਏ ਅਤੇ ਅਸੀਂ ਆਪਣੇ ਜੀਵਨ ਨੂੰ ਇਹੋ ਜਿਹਾ ਸੋਹਣਾ ਬਣਾਈਏ। ਮਿਹਰ ਕਰ ਦਿਓ ਸਭਨਾਂ 'ਤੇ, ਪਿਆਰ ਵਿੱਚ ਮੰਗ ਮੰਗੀਏ ਸਭ। ਆਓ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀ, ਸਤਿਗੁਰੂ ਜੀ ਕਿਰਪਾ ਕਰੋ ਬਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ, ਨਾਨਕ ਚਾਹੋ ਇਹੋ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨ ਜੀ। ਅੱਠ ਪੌੜੀਆਂ ਸ਼ਬਦ ਦੀਆਂ ਸੰਪੂਰਨ ਹੋ ਗਈਆਂ ਹਨ, ਅੱਠ ਬਾਕੀ ਹਨ। ਕਿਰਪਾ ਕਰਨ ਸਾਹਿਬ ਜੀ, ਆਪਾਂ ਇਸ ਤੋਂ ਅੱਗੇ ਕੱਲ੍ਹ ਨੂੰ ਵਿਚਾਰ ਕਰਾਂਗੇ, ਕੁਝ ਕੁ ਸਮਾਂ ਗੁਰਮੰਤਰ ਦੁਆਰਾ ਸਾਂਝ ਪਾਈਏ। ਪ੍ਰੇਮ ਸਹਿਤ ਸਾਰੀ ਸੰਗਤ ਆਖਣਾ ਕਰੋ ਜੀ, ਵਾਹਿਗੁਰੂ 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 ਵਾਹਿਗੁਰੂ।